ਪੰਜਾਬ ਦੀ ਸੱਤਾ 'ਤੇ ਦੋ ਪਾਰਟੀਆਂ ਤਬਦੀਲ ਹੁੰਦੀਆਂ ਰਹਿੰਦੀਆਂ ਸਨ, ਕਾਂਗਰਸ ਅਤੇ ਅਕਾਲੀ ਦਲ। ਪਰ ਇਸ ਵਾਰ ਆਮ ਆਦਮੀ ਪਾਰਟੀ ਇਹਨਾਂ ਦੋਵੇਂ ਪਾਰਟੀਆਂ ਨੂੰ ਵੰਗਾਰ ਰਹੀ ਹੈ। ਕਾਂਗਰਸ ਲਈ ਆਮ ਆਦਮੀ ਪਾਰਟੀ ਕਿੰਨਾ ਵੱਡਾ ਚੈਲੇਂਜ ਹੈ, ਇਸ ਬਾਰੇ ਅਸੀਂ ਗੱਲਬਾਤ ਕਰਾਂਗੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਲੀਡਰ ਰਜਿੰਦਰ ਕੌਰ ਭੱਠਲ ਦੇ ਨਾਲ ਕਿ ਆਮ ਆਦਮੀ ਪਾਰਟੀ ਨੂੰ ਕਿੱਡਾ ਵੱਡਾ ਚੈਲੇਂਜ ਮੰਨਦੇ ਨੇ। ਮੈਡਮ, ਸਭ ਤੋਂ ਪਹਿਲਾ ਸਵਾਲ ਇਹੀ ਕਿ ਤੁਹਾਡੇ ਹਲਕੇ 'ਚ ਭਗਵੰਤ ਮਾਨ ਬਹੁਤ ਵੱਡੀ ਵੋਟ ਲੈ ਕੇ ਜਿੱਤਿਆ ਸੀਗਾ ਅਤੇ ਆਮ ਆਦਮੀ ਪਾਰਟੀ ਮਾਲਵੇ 'ਚ ਕਾਫੀ ਵੱਡਾ ਆਧਾਰ ਬਣਾ ਰਹੀ ਆ, ਕਿੰਨਾ ਵੱਡਾ ਚੈਲੇਂਜ ਮੰਨਦੇ? ਦੇਖੋ, ਮੈਂ ਆਮ ਆਦਮੀ ਪਾਰਟੀ ਠੀਕ ਹੈ, ਜਿਸ ਤਰ੍ਹਾਂ ਪਹਿਲੀ ਦਫ਼ਾ ਹੀ ਨਹੀਂ ਹੋਇਆ, ਪਹਿਲੀ ਦਫ਼ਾ PPI ਸੀ, ਉਹਦੀ ਥਾਂ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਲਈ ਹੈ, ਆਈ ਹੈ ਥਰਡ ਰੂਪ ਵਿੱਚ ਆਇਆ ਕੁਛ ਸੰਗਠਨ। ਲੇਕਿਨ ਮੈਂ ਕੋਈ ਇਹਨੂੰ ਬਹੁਤਾ ਵੱਡਾ ਚੈਲੇਂਜ ਨਹੀਂ ਸਮਝਦੀ, ਕਿਉਂਕਿ ਦੋ ਤਿੰਨ ਗੱਲਾਂ ਜਿਸ ਤਰ੍ਹਾਂ ਤੁਸੀਂ ਕਿਹਾ, ਮੇਰੇ ਹਲਕੇ ਦੇ ਵਿੱਚ ਭਗਵੰਤ ਮਾਨ ਆਇਆ ਸੀ, ਅਸੈਂਬਲੀ ਵੀ ਮੇਰੇ ਨਾਲ ਲੜੀ ਹੈ ਉਹਨਾਂ ਨੇ ਅਤੇ ਪਾਰਲੀਮੈਂਟ ਵੀ ਲੜੀ ਹੈਗੀ ਹੈ। ਦੋਨਾਂ ਵਾਰੀ ਪਿਛਲੀ ਵਾਰ ਮੈਂ ਦੇਖਿਆ ਤਾਂ ਮੇਰੇ ਵੇਲੇ ਤੀਜੇ ਨੰਬਰ 'ਤੇ ਆਇਆ ਸੀ, ਹਾਲਾਂਕਿ ਇਹਦੀ ਗਾਇਕ ਕਰਕੇ ਨਹੀਂ, ਕਮੇਡੀਅਨ ਕਰਕੇ ਜ਼ਿਆਦਾ ਪਾਪੂਲੈਰਿਟੀ ਸੀ, ਲੋਕਾਂ ਦੇ ਇੱਕ ਵਰਗ ਵਿੱਚ ਇਹਦਾ ਅਸਰ ਸੀ ਉਸ ਵੇਲੇ। ਪਾਰਲੀਮੈਂਟ ਦੇ ਵਿੱਚ ਵੀ ਇਹ ਉੱਥੋਂ ਢੀਂਡਸਾ ਨੰਬਰ 1 ਰਿਹਾ ਹੈਗਾ, ਇਹ ਨੰਬਰ 2 'ਤੇ ਆਇਆ, ਜਦੋਂ ਕਿ ਢੀਂਡਸੇ ਦੇ ਸਾਰੇ ਲੋਕ ਖਿਲਾਫ਼ ਸੀਗੇ, ਉਹ ਵੀ ਇਸ ਤੋਂ ਅੱਗੇ ਰਿਹਾ। ਨੰਬਰ 3 ਜਿਹੜੀ ਅੱਜ ਸਿਚੁਏਸ਼ਨ ਹੈ, ਅੱਜ ਭਗਵੰਤ ਮਾਨ ਦੀ ਸਿਚੁਏਸ਼ਨ ਪਹਿਲਾਂ ਵਾਲੀ ਨਹੀਂ ਰਹੀ, ਕਈ ਤਰ੍ਹਾਂ ਦੀ ਇਲਜ਼ਾਮਬਾਜ਼ੀ ਲੋਕਾਂ ਨੇ ਹੋਰਨ ਲਾਈ ਹੈ, ਮੈਂ ਇਸ 'ਤੇ ਕਮੈਂਟ ਨਹੀਂ ਕਰਦੀ ਜਾਂ ਇਸ 'ਤੇ ਮੈਂ ਕਿੰਤੂ ਪ੍ਰੰਤੂ ਨਹੀਂ ਕਰਦੀ, ਸੱਚ ਝੂਠ ਕੀ ਹੈਗਾ, ਲੇਕਿਨ ਜੋ ਜੱਗ ਜ਼ਾਹਰ ਹੋਇਆ ਉਹਦੇ ਨਾਲ ਭਗਵੰਤ ਮਾਨ ਦੀ ਇਸ ਤਰ੍ਹਾਂ ਦੀ ਕਿੰਤੂ ਪ੍ਰੰਤੂ ਹੈ ਨਾ ਪੁਜੀਸ਼ਨ ਘੱਟ ਹੋਈ ਹੈ, ਨੰਬਰ 1। ਨੰਬਰ 2, ਜਿਸ ਤਰ੍ਹਾਂ ਦੇ ਡਿਫਰੈਂਸਿਸ ਜੋ ਪਾਰਲੀਮੈਂਟ ਦੇ ਵਿੱਚ ਬਿਲਕੁਲ ਹੀ ਆਮ ਆਦਮੀ ਪਾਰਟੀ ਇਕੱਠੀ ਸੀ, ਆਫਟਰ ਪਾਰਲੀਮੈਂਟ ਜਿਸ ਤਰ੍ਹਾਂ ਦੇ ਡਿਫਰੈਂਸਿਸ ਇਹਨਾਂ ਦੇ ਵਿੱਚ ਆਏ ਨੇ, 4 MPਆਂ 'ਚ 2 MP ਇੱਕ ਪਾਸੇ ਹੈ, 2 MP ਇੱਕ ਪਾਸੇ, ਜਿਹੜੀ ਪਾਰਟੀ ਅੱਜ ਜੰਮੀ ਹੈ ਨਹੀਂ, ਪਹਿਲਾਂ ਹੀ ਧੜਿਆਂ 'ਚ ਵੰਡੀ ਗਈ। ਨਾਟ ਓਨਲੀ ਕਿ MP ਬਲਕਿ ਜਿਹੜੇ ਸੰਗਠਨ ਦੇ ਇਹਨਾਂ ਦੇ ਆਦਮੀ ਸੀਗੇ, ਕਾਫੀ ਸੀਨੀਅਰ ਲੋਕ ਸੀ ਜਿਨ੍ਹਾਂ ਨੇ ਮੁੱਢ ਬੰਨਣ ਵੇਲੇ ਨਾਲ ਰਹੇ ਕੇਜਰੀਵਾਲ ਜੀ ਦੇ, ਉਹ ਅੱਜ ਕ੍ਰਿਟੀਸਾਈਜ਼ ਕਰਦੇ ਹੈ ਕਿ ਇੱਥੇ ਡਿਕਟੇਟਰਸ਼ਿਪ ਹੈ, ਇੱਥੇ ਜੇ ਹੈ, ਇੱਥੇ ਉਹ, ਇੱਕ ਵੱਖਰਾ ਵਿੰਗ ਬਣ ਗਿਆ। ਇਟ ਮੀਨਸ ਕਿ ਨੈਸ਼ਨਲ ਲੈਵਲ ਦੇ ਉੱਤੇ ਵੀ ਇਹ ਪਾਰਟੀ ਜਿਹੜੀ ਹੈ 2 ਫਾੜ ਹੋ ਗਈ ਹੈ ਅਤੇ ਸਟੇਟ ਪੱਧਰ 'ਤੇ 2 ਫਾੜ ਹੋ ਗਈ ਹੈ। ਤੁਸੀਂ ਜਿਹੜੇ ਬਠਿੰਡੇ ਖਾਸ ਤੌਰ ਦੇ ਉੱਤੇ ਮਾਘੀ ਦੇ ਅੰਦਰ ਇੱਕ ਸਿਆਸੀ ਕਾਨਫਰੰਸ ਹੋਈ, ਉਹਦੇ 'ਚ ਦੇਖਿਆ ਹੋਊਗਾ ਕਿ ਆਮ ਆਦਮੀ ਪਾਰਟੀ ਦਾ ਬਹੁਤ ਵੱਡਾ ਇਕੱਠ ਹੋਇਆ, ਜਿਵੇਂ ਬਠਿੰਡੇ ਕਾਂਗਰਸ ਦਾ ਇਕੱਠ ਸੀ ਉਵੇਂ ਹੀ ਮਾਘੀ ਦੀ ਕਾਨਫਰੰਸ ਦੇ ਅੰਦਰ ਬਹੁਤ ਵੱਡਾ ਇਕੱਠ ਹੋਇਆ। ਇਹ ਕੋਈ ਮੈਂ ਕੰਪੈਰੀਜ਼ਨ ਨਹੀਂ ਸਮਝਦੀ, ਇਹਦਾ ਕਾਰਨ ਇਹ ਹੈਗਾ ਕਿ ਉਹਨਾਂ ਨੇ ਸਾਰਾ ਪੰਜਾਬ, ਈਵਨ ਦਿੱਲੀ ਤੋਂ ਵੀ ਫੌਜਾਂ ਆਈਆਂ ਸੀ ਉਹਨਾਂ ਦੀਆਂ, ਕਈ ਨਾਲ ਨਾਲ ਦੇ ਸੂਬਿਆਂ 'ਚੋਂ ਵੀ ਆਏ ਸੀ, ਅਤੇ ਪੂਰਾ ਪੰਜਾਬ ਇਕੱਠਾ ਕੀਤਾ ਸੀ। ਆਲਰੇਡੀ ਉਹਨਾਂ ਨੇ ਐਡ ਵਿੱਚ ਦਿੱਤਾ ਸਾਡੀ ਪੂਰੇ ਪੰਜਾਬ ਦੀ ਰੈਲੀ ਹੈ, ਕਿਉਂਕਿ ਉਹਨਾਂ ਦਾ ਜਿਵੇਂ ਨੈਸ਼ਨਲ ਲੀਡਰ ਸਮਝਦੇ ਆ ਉਹ ਆਇਆ ਸੀ। ਲੇਕਿਨ ਸਾਡੀ 4 ਜ਼ਿਲ੍ਹਿਆਂ ਦੀ ਸੀ ਉਹਨੀ, ਹੁਣ ਤੁਸੀਂ ਅੰਦਾਜ਼ਾ ਲਾਓ ਕਿ ਜੇ ਪੂਰੇ ਪੰਜਾਬ 'ਚ ਉਹਨਾਂ ਨੇ ਕੀਤੀ ਹੈ ਅਤੇ 4 ਜ਼ਿਲ੍ਹਿਆਂ 'ਚੋਂ ਕੀਤੀ ਹੈ, 21 ਜ਼ਿਲ੍ਹਿਆਂ 'ਚ ਜਿਹੜੇ ਬਾਕੀ ਦੇ ਜ਼ਿਲ੍ਹੇ ਨੇ ਜੋ ਸਾਰੇ ਇਕੱਠੇ ਹੁੰਦੇ, ਤਾਂ ਉੱਥੇ ਕਿਤੇ ਨਜ਼ਰ ਨਹੀਂ ਸੀ ਆਉਣੇ। ਇਹ ਇਕੱਠਾਂ ਦੇ ਤਾਂ ਨਾ ਉੱਤੇ ਹਿਸਾਬ ਨਹੀਂ ਲਾਇਆ ਜਾ ਸਕਦਾ। ਇਕੱਠ ਤਾਂ ਜਿਹੜੇ ਹੈਗੇ ਸੀ ਬਿਹਾਰ ਦੇ ਵਿੱਚ, ਮੋਦੀ ਜੀ ਦੇ ਸਭ ਤੋਂ ਵੱਡੇ ਹੁੰਦੇ ਸੀਗੇ, ਕੀ ਮਿਲਿਆ ਉੱਥੇ ਉਹਨਾਂ ਨੂੰ? ਇਕੱਠ ਤਾਂ PP ਦੇ ਪਹਿਲਾਂ ਜਦੋਂ ਦੇਖਿਆ ਸੀ, ਇਸੇ ਤਰ੍ਹਾਂ ਨਾਲ ਭਗਤ ਸਿੰਘ ਜੀ ਦੇ ਇੱਕ ਦਿਹਾੜੇ ਦੇ ਉੱਪਰ ਸਾਰਿਆਂ ਤੋਂ ਵੱਡਾ ਇਕੱਠ ਇਸ ਤਰ੍ਹਾਂ ਹੀ PP ਦਾ ਹੋਇਆ ਸੀ, ਕੋਈ ਸੀਟ ਆ ਸਕੀ? ਇਸੇ ਤਰ੍ਹਾਂ ਮੈਂ ਹੁਣ ਕਹਿੰਦੀ ਹਾਂ ਕਿ ਸਾਰੇ ਲੋਕ ਪੰਜਾਬ ਦੇ ਦੇਖ ਚੁੱਕੇ ਨੇ ਕਿ ਕਿਵੇਂ 2 ਫਾੜ ਹੋਈ ਹੈ, ਕਿਵੇਂ ਇਹਨਾਂ ਵੀ ਡਿਫਰੈਂਸਿਸ ਨੇ, ਕਿਵੇਂ ਇਹ ਆਪਣੇ ਰਸਤੇ ਤੋਂ ਭਟਕ ਗਈ ਹੈ ਪਾਰਟੀ ਦੇ ਨਾਲ ਸਾਡੀ। ਮੈਂ ਸਮਝਦੀ ਹਾਂ ਕਿ ਠੀਕ ਹੈ, ਫੀਲਡ ਵਿੱਚ ਇਹ 2 ਪਾਰਟੀਆਂ ਹੈਗੀਆਂ, ਆਮ ਆਦਮੀ ਵੀ ਉਸ ਫੀਲਡ ਵਿੱਚ ਹੈ ਅਤੇ ਅਕਾਲੀ ਦਲ ਵੀ ਹੈ, ਲੇਕਿਨ ਕਾਂਗਰਸ ਦਾ ਕੋਈ ਮੁਕਾਬਲਾ ਨਹੀਂ। ਕਾਂਗਰਸ ਬੜੇ ਵਧੀਆ ਤਰੀਕੇ ਨਾਲ, ਅੱਛੇ ਤਰੀਕੇ ਨਾਲ ਸਰਕਾਰ ਬਣਾਉਣ ਜਾ ਰਹੀ ਹੈ, ਕਿਉਂਕਿ ਸਾਡਾ ਕਿਰਦਾਰ ਅਕਾਲੀ ਦਲ ਅਤੇ BJP ਨਾਲ ਤਾਂ ਹੈ ਹੀ ਨਹੀਂ, ਉਹ ਤਾਂ ਫੇਲਿਓਰ ਹੈ ਔਨ ਐਵਰੀ ਫਰੰਟ। ਆਪ ਵਾਲੇ ਜਿਹੜੀਆਂ ਸਾਡੀਆਂ ਕੁਛ ਵੋਟਾਂ ਤੋੜ ਰਹੇ ਆ, ਜਿਹਨੂੰ ਅਸੀਂ ਕਹਿ ਸਕਦੇ ਹਾਂ, ਇਹ ਆਉਣ ਵਾਲੇ ਮਹੀਨਿਆਂ 'ਚ ਤੁਸੀਂ ਦੇਖੋਗੇ ਕੁਛ ਮਹੀਨਿਆਂ ਵਿੱਚ ਕਿ ਇੱਥੇ ਇੰਨਾ ਅਨਬੂਝ ਨਹੀਂ ਨਜ਼ਰ ਆਉਣਾ ਇਹਨਾਂ ਦਾ, ਕਿਉਂਕਿ ਜੋ ਇਹਨਾਂ ਨੇ ਕਿਹਾ ਉਹਦੇ ਸਭ ਕੁਛ ਉਲਟ ਕੀਤਾ, ਸਾਰੇ ਵਾਅਦੇ ਦਿੱਲੀ 'ਚ ਉਤਰੇ, ਮੁੱਕਰ ਗਏ ਸਾਰੇ ਕਰਕੇ।
ਅੱਜ ਦਿੱਲੀ ਜਨਤਾ ਸੜਕਾਂ 'ਤੇ ਆਈ ਹੋਈ ਹੈ। ਅੱਜ ਇਹ ਕਿਵੇਂ ਉਹਨਾਂ ਦੀ ਗਰੀਬਾਂ ਦੀ ਤਨਖਾਹ ਤਾਂ ਵਧਾਈ ਨਹੀਂ, ਆਪਦੀਆਂ 4-4 ਲੱਖ ਤਨਖਾਹਾਂ ਵਧਾ ਲਈਆਂ, ਜੋ ਕੁਛ ਵੀ ਕੀਤਾ ਉਹ ਸਾਰਾ ਕੁਛ ਆਪਦੇ ਵਾਸਤੇ ਕੀਤਾ, ਆਪਣੇ MLAਆਂ ਵਾਸਤੇ ਕੀਤਾ, ਗਰੀਬਾਂ ਲਈ ਕੁਛ ਕੀਤਾ ਨਹੀਂ। ਇਸ ਲਈ ਲੋਕ ਸੁਚੋਪੰਚ ਪੈ ਕੇ ਸੋਚਣ ਲੱਗ ਗਏ ਨੇ ਕਿ ਆਮ ਆਦਮੀ ਪਾਰਟੀ ਤਾਂ ਆਮ ਰਹੀ ਹੋਈ ਨਹੀਂ, ਇਹ ਤਾਂ ਖਾਸ ਆਦਮੀ ਪਾਰਟੀ ਬਣ ਗਈ। ਇੰਟਰਸਟਿੰਗ ਗੱਲ ਹੈਗੀ ਕਿ ਜਦੋਂ ਅਸੀਂ ਅਕਾਲੀ ਲੀਡਰਾਂ ਤੋਂ ਪੁੱਛਦੇ ਹਾਂ ਜਾ ਕੇ ਕਿ ਤੁਹਾਡਾ ਕਿਹਦੇ ਨਾਲ ਮੁਕਾਬਲਾ, ਉਹ ਵੀ ਕਹਿੰਦੇ ਆਮ ਆਦਮੀ ਨਾਲ, ਜਦੋਂ ਕਾਂਗਰਸ ਤੋਂ ਪੁੱਛਦੇ ਹਾਂ ਉਹ ਵੀ ਕਹਿੰਦੇ ਆਮ ਆਦਮੀ ਨਾਲ। ਨਹੀਂ, ਮੈਂ ਤਾਂ ਕਿਹਾ ਹੀ ਨਹੀਂ ਕਿ ਸਾਡਾ ਮੁਕਾਬਲਾ ਆਮ ਨਾਲ ਹੈ, ਮੈਂ ਕਹਿੰਦਾ ਸਾਡਾ ਕੋਈ ਮੁਕਾਬਲਾ ਨਹੀਂ। ਠੀਕ ਹੈ, ਫੀਲਡ ਵਿੱਚ ਹੈਗੀਆਂ ਦੋ ਪਾਰਟੀਆਂ, ਇਹਨਾਂ ਦੀ ਫੇਲਿਓਰ ਐਡਮਿਨਿਸਟ੍ਰੇਸ਼ਨ ਦੋ ਵਾਰੀ ਕੇਜਰੀਵਾਲ ਜੀ ਫੇਲ ਹੋ ਚੁੱਕੇ ਨੇ, ਪਿਛਲੀ ਵਾਰ ਕਹਿੰਦੇ ਸੀ ਮੇਰੇ ਕੋਲ ਮੈਜੋਰਟੀ ਨਹੀਂ ਦਿੱਲੀ, ਤਾਂ ਮੈਂ ਫੇਲ ਹੋਇਆ, ਇੱਕੀ ਫੁੱਲ ਮੈਜੋਰਟੀ ਵੀ ਹੈ, ਇੱਕੀ ਫੇਲ ਹੋ ਗਏ ਨੇ, ਉੱਥੋਂ ਭੱਜ ਕੇ ਤਲਵੰਡੀ ਆਏ ਨੇ ਵਾਹੇ। ਜੇ ਉਹਨਾਂ ਨੂੰ ਸੂਬਿਆਂ ਦੀ ਸੈਰ ਕਰਨ ਦਾ ਜਾਂ ਮਿਲਣ ਜੁਲਣ ਦਾ ਸ਼ੌਕ ਹੁੰਦਾ, ਮੈਂ ਤਾਂ ਸਮਝਦੀ ਹਾਂ ਕਿ ਸਟੇਟ ਇਹਨਾਂ ਦੀ ਆਪਣੀ ਹਰਿਆਣਾ ਸੀ, ਟੱਪ ਕੇ ਆਏ ਸੀ ਇਹ, ਕਿ ਇਹਨਾਂ ਨੂੰ ਯਾਦ ਨਹੀਂ ਕਿ ਉੱਥੇ ਕਿੱਡਾ ਵੱਡਾ ਸੈਨਿਕ ਸਾਡਾ ਮਾਰਿਆ ਗਿਆ ਸੀ ਅੰਬਾਲੇ ਦੇ ਵਿੱਚ, ਉਹਦੇ ਘਰ ਵੀ ਚਲੇ ਆਉਂਦੇ। ਤੁਹਾਡੇ ਮੁਤਾਬਕ ਕਾਂਗਰਸ ਨੰਬਰ 1 ਰਹੂ ਪੰਜਾਬ ਦੇ ਅੰਦਰ, ਨੰਬਰ 2 ਕੌਣ ਹੋਊਗਾ? ਨਹੀਂ, ਨੰਬਰ 2 ਮੈਂ ਤਾਂ ਸਮਝਦੀ ਨਹੀਂ, ਨੰਬਰ 2 ਤਾਂ ਬਰਾਬਰ ਦੋਨੇ ਤੁਰੇ ਫਿਰਨਗੇ, ਇਹ ਤਾਂ ਲੋਕਾਂ 'ਤੇ ਫੈਸਲਾ ਹੈਗਾ, ਇੱਕ ਦੋ ਨੰਬਰ ਉਹ ਅੱਗੇ ਆ, ਇੱਕ ਦੋ ਨੰਬਰ ਉਹ ਅੱਗੇ ਆ, ਕਿਉਂਕਿ ਅਕਾਲੀ ਦਲ ਅਤੇ ਬੀਜੇਪੀ ਵੀ ਲੋਕ ਔਖੇ ਨੇ, ਅਤੇ ਆਉਣ ਵਾਲੇ ਸਮੇਂ 'ਚ ਇਹੀ ਦਸ਼ਾ ਆਮ ਆਦਮੀ ਪਾਰਟੀ ਦੀ ਹੋਣ ਵਾਲੀ ਹੈ। ਸੋ ਇਸ ਲਈ ਸਾਡੇ ਨੇੜੇ ਤੇੜੇ ਨਹੀਂ ਹੋਣੇ, ਤੁਸੀਂ ਦੇਖੋਗੇ ਕਿ ਆਉਣ ਵਾਲੇ 2-3 ਮਹੀਨਿਆਂ ਦੇ ਵਿੱਚ ਨਿਖਰ ਕੇ ਪੋਜੀਸ਼ਨ ਸਾਹਮਣੇ ਆਉਂਦੇ। ਲੀਡਰ ਬਹੁਤ ਸਾਰੇ ਆਫ ਦੀ ਰਿਕਾਰਡ ਕਹਿੰਦੇ ਨੇ ਕਾਂਗਰਸ ਦੇ ਕਿ ਆਮ ਆਦਮੀ ਪਾਰਟੀ ਅਗਰ ਪੰਜਾਬ 'ਚ ਪੈਦਾ ਹੋਈ ਹੈ ਤਾਂ ਉਹਦਾ ਵੱਡਾ ਸਿਹਰਾ ਕੈਪਟਨ ਅਮਰਿੰਦਰ ਸਿੰਘ ਨੂੰ ਜਾਂਦਾ। ਕੈਪਟਨ ਅਮਰਿੰਦਰ ਸਿੰਘ ਦਾ ਬੜਾ ਵੱਡਾ ਯੋਗਦਾਨ ਹੈ, ਕਿਉਂਕਿ ਉਹਨਾਂ ਨੇ ਬਹੁਤ ਵੱਡੀ ਧੜੇਬੰਦੀ ਪੈਦਾ ਕੀਤੀ ਇੱਕ ਦੌਰ 'ਚ। ਨਹੀਂ, ਐਸੀ ਨਹੀਂ ਕੋਈ ਗੱਲ ਕਿ ਅਸੀਂ ਕਿਸੇ ਇੱਕ ਲੀਡਰ ਨੂੰ ਦੋਸ਼ ਦੇਈਏ। ਕੈਪਟਨ ਅਮਰਿੰਦਰ ਸਿੰਘ ਖੁਦ ਪਾਰਟੀ ਦੇ ਲੀਡਰ ਹੈ, ਚੀਫ ਮਿਨਿਸਟਰ ਰਹੇ ਨੇ, ਉਹਨਾਂ ਦਾ ਪੰਜਾਬ 'ਚ ਉਹਨਾਂ ਨੇ ਹਮੇਸ਼ਾ ਇੰਟਰਸਟ ਦੱਸਿਆ, ਦਿੱਲੀ ਦੇ ਵਿੱਚ ਭਾਵੇਂ ਉਹ ਲੀਡਰ ਬਣੇ ਆ, ਡਿਪਟੀ ਲੀਡਰ ਬਣੇ ਆ, ਲੇਕਿਨ ਉਹਨਾਂ ਨੇ ਫਿਰ ਵੀ ਆਪਣਾ ਇੰਟਰਸਟ ਪੰਜਾਬ ਵਿੱਚ ਰੱਖਿਆ, ਰੈਲੀਆਂ ਕੀਤੀਆਂ, ਲੋਕਾਂ 'ਚ ਗਏ ਨੇ। ਉਹ ਕਿਉਂ ਕਰਨਗੇ ਜਦੋਂ ਉਹਨਾਂ ਨੂੰ ਪਤਾ ਕਿ ਉਹਨਾਂ ਸਟੇਟ 'ਚ ਇੰਟਰਸਟ ਹੈ? ਸਟੇਟ 'ਚੋਂ ਮਿਨਿਸਟਰ ਬਣਨ ਤਾਂ ਆਉਣਗੇ ਨਹੀਂ, ਚੀਫ ਮਿਨਿਸਟਰੀ ਬਣਨ ਵਾਸਤੇ ਉਹਨਾਂ ਦਾ ਖਿਆਲ ਹੋ ਸਕਦਾ। ਅਤੇ ਜੇ ਇੱਕ ਇਨਸਾਨ, ਇੱਕ ਲੀਡਰ ਆਪਣੀ ਚੀਫ ਮਿਨਿਸਟਰੀ ਨੂੰ ਲੈ ਕੇ, ਇੱਕ ਪੰਜਾਬ ਦੇ ਵਿੱਚ ਜਾਂ ਪੰਜਾਬ 'ਚ ਕਾਂਗਰਸ ਸਰਕਾਰ ਨੂੰ ਲੈ ਕੇ, ਜਿਹਦੇ ਵਿੱਚ ਅਸੀਂ ਸਾਰੇ ਸਮਝਦੇ ਹਾਂ ਕਿ ਜੇ ਅੱਜ ਪ੍ਰਧਾਨ ਬਣੇ ਤਾਂ ਚੀਫ ਮਿਨਿਸਟਰ ਬਣਨਾ ਹੀ ਉਹਨਾਂ ਨੇ, ਅਤੇ ਜੇ ਉਹ ਆਪਣੇ ਰਾਹ ਵਿੱਚ ਕੌਣ ਆਪਣੇ ਪੈਰ ਘਾੜਾ ਮਾਰਦਾ ਹੁੰਦਾ? ਇਹ ਕਿਹਾ ਜਾਂਦਾ ਕਿ ਜਿਹੜੀ ਧੜੇਬੰਦੀ ਪੈਦਾ ਕੀਤੀ ਉਦੋਂ ਪ੍ਰਤਾਪ ਸਿੰਘ ਬਾਜਵਾ ਖਿਲਾਫ਼ ਪ੍ਰਚਾਰ, ਤੁਹਾਡੇ ਖਿਲਾਫ਼, ਸਾਰਿਆਂ ਖਿਲਾਫ਼ ਜਿਹੜੀਆਂ ਸਟੇਟਮੈਂਟਾਂ ਆਉਂਦੀਆਂ ਸੀ, ਉਹਨੇ ਇੱਕ ਮਾਹੌਲ ਪੈਦਾ ਕੀਤਾ ਕਿ ਲੋਕ ਕਾਂਗਰਸ ਤੋਂ ਅੱਕ ਗਏ ਅਤੇ ਅਲਟਰਨੇਟਿਵ ਆਮ ਆਦਮੀ ਨੂੰ ਮੰਨਣ ਲੱਗੇ। ਉਹ ਸਮਾਂ ਗੁਜ਼ਰ ਗਿਆ, ਡਿਫਰੈਂਸਿਸ ਆਫ ਓਪੀਨੀਅਨ ਰਹਿੰਦੇ ਰਹੇ ਆ ਪਾਰਟੀਆਂ 'ਚ। ਸਾਡੀ ਪਾਰਟੀ ਵੀ ਨੈਸ਼ਨਲ ਪਾਰਟੀ ਹੈ, ਇੱਥੇ ਡੈਮੋਕ੍ਰੇਸੀ ਵੀ ਹੈ, ਇਹਦੇ ਵਿੱਚ ਕ੍ਰਿਟੀਸਿਜ਼ਮ ਕਰਨ ਦਾ, ਇੱਕ ਦੂਜੇ ਦੀ ਗੱਲ ਕਰਨ ਦਾ ਹੱਕ ਹੈਗਾ ਸਾਰਿਆਂ ਨੂੰ। ਲੇਕਿਨ ਐਸੀ ਕੋਈ ਗੱਲ ਨਹੀਂ, ਅੱਜ ਦੀ ਆਪਾਂ ਗੱਲ ਕਰ ਰਹੇ ਹੈਗੇ ਹਾਂ, ਮੈਂ ਗੁਜ਼ਰੇ ਕੱਲ੍ਹ ਦੀ ਗੱਲ ਨਹੀਂ ਕਰਦੀ, ਮੈਂ ਆਉਣ ਵਾਲੇ ਕੱਲ੍ਹ ਦੀ ਗੱਲ ਕਰਦੀ ਹਾਂ ਅਤੇ ਅੱਜ ਦੀ ਗੱਲ ਕਰਦੀ ਹਾਂ ਕਿ ਪੂਰੀ ਤਰ੍ਹਾਂ ਅੱਜ ਕਾਂਗਰਸ ਜਿਹੜੀ ਯੂਨਾਈਟਿਡ ਹੈ, ਇੱਕ ਮੁੱਠ ਹੈ, ਇੱਕ ਜੁੱਟ ਹੈ, ਔਰ ਸਾਰੇ ਇਹ ਤਹੀਆ ਕਰ ਰਹੇ ਹਾਂ ਕਿ ਅਸੀਂ ਇੱਥੇ ਕਾਂਗਰਸ ਪਾਰਟੀ ਦੀ ਤਜਰਬੇਕਾਰ ਸਰਕਾਰ ਜਿਹੜੀ ਜਦੋਂ ਵੀ ਬਣੀ ਹੈ ਉਹਦੀ ਇੱਕ ਮਿਸਾਲ ਪੇਸ਼ ਕਰਦੇ ਹਾਂ ਕਿ ਇਹਨਾਂ ਦੇ ਸਮੇਂ 'ਚ ਕਿਸਾਨ ਨਹੀਂ ਰੁਲਿਆ, ਉਹਨੂੰ ਪੂਰੀ ਬਿਜਲੀ ਮਿਲੀ, ਉਹਦੀ ਫਸਲਾਂ ਦੇ ਭਾਅ ਮਿਲੇ, ਫਸਲਾਂ ਚੱਕੀਆਂ ਗਈਆਂ, ਗਰੀਬ ਨੂੰ ਸਭ ਕੁਝ ਮਿਲਿਆ, ਇੰਡਸਟਰੀ ਸਾਡੇ 'ਚ ਮੈਕਸੀਮਮ ਆਈ। ਇਸ ਕਰਕੇ ਸਾਡੀ ਪਾਰਟੀ ਜਿਹੜੀ ਹੈ ਉਹਦਾ ਸ਼ਾਸਨ ਇੱਕ ਐਗਜ਼ੈਂਪਲ ਬਣਿਆ, ਉਹ ਐਗਜ਼ੈਂਪਲ ਵਾਲੇ ਰਾਜ ਨੂੰ ਅੱਜ ਲੋਕ ਤਰਸਦੇ ਆ। ਇਹੀ ਕਾਰਨ ਹੈ ਕਿ ਇਹ ਜਿਹੜੀਆਂ 4 ਦਿਨ ਕੀ ਚਾਂਦਨੀ ਫਿਰ ਅੰਧੇਰੀ ਰਾਜ ਜਿਹੜੀ ਪਾਰਟੀਆਂ ਤੁਰਨੇ ਫਿਰਦੀਆਂ, ਇਹ ਇਹਨਾਂ ਦੀਆਂ ਕੋਈ ਐਸੀ ਡੁੱਗ ਡੁੱਗੀ ਅੱਜ ਵੱਜਦੀ ਹੈ, ਇਹ ਥੋੜ੍ਹੇ ਮਹੀਨਿਆਂ ਬਾਅਦ ਬੰਦ ਹੋ ਜਾਣੀ ਹੈ, ਕਾਂਗਰਸ ਪਾਰਟੀ ਬਹੁਤ ਵੱਡੇ ਮਾਰਜਨ ਨਾਲ ਜਿੱਤ ਕੇ ਆਊਗੀ। ਪ੍ਰਤਾਪ ਸਿੰਘ ਬਾਜਵਾ ਕਹਿੰਦੇ ਨੇ ਕਿ 80% ਕੈਂਡੀਡੇਟ ਅਗਰ ਪੰਜਾਬ 'ਚ ਜਿੱਤਣਾ ਤਾਂ 80% ਕੈਂਡੀਡੇਟ 40 ਸਾਲ ਤੋਂ ਘੱਟ ਉਮਰ ਦੇ ਹੋਣੇ ਚਾਹੀਦੇ। ਕਿਸੇ ਦੀ ਵੀ ਨਿੱਜੀ ਰਾਏ ਕੁਛ ਵੀ ਹੋ ਸਕਦੀ ਹੈ, ਉਹਦੇ ਮੈਂ ਕਿੰਤੂ ਪਰੰਤੂ ਨਹੀਂ ਕਰਨਾ, ਹਰ ਇੱਕ ਨੂੰ ਹੱਕ ਹੈ ਆਪਣੀ ਰਾਏ ਰੱਖਣ ਦਾ, ਲੇਕਿਨ ਕੀ ਹੋਣਾ ਚਾਹੀਦਾ ਕੀ ਨਹੀਂ ਹੋਣਾ ਚਾਹੀਦਾ ਇਹ ਸਾਰਾ ਫੈਸਲਾ ਅਸੀਂ ਜਿਸ ਵਕਤ ਸਾਡੀ ਸਟੇਟ ਦੀ ਵੀ ਬੋਡੀ ਬੈਠੂਗੀ ਉਹਦੇ ਵਿੱਚ ਡਿਸਕਸ਼ਨ, ਚੋਣ ਕਮੇਟੀਆਂ ਬਣਦੀਆਂ ਉਹਦੇ 'ਚ ਲਿਆ ਜਾਊਗਾ, ਉਸ ਤੋਂ ਬਾਅਦ ਸਾਡੀ ਨੈਸ਼ਨਲ ਹਾਈ ਕਮਾਂਡ ਹੈ, ਉਹ ਹਾਈ ਕਮਾਂਡ ਨੇ ਵੀ ਇਹ 'ਤੇ ਫੈਸਲਾ ਲੈਣਾ ਕੀ ਕਰਨਾ ਕੀ ਨਾ। ਨੋ ਡਾਊਟ ਕਿ ਅਸੀਂ ਚਾਹੁੰਦੇ ਹਾਂ ਕਿ ਜਨਰੇਸ਼ਨ, ਨਿਊ ਜਨਰੇਸ਼ਨ ਆਵੇ, ਯੰਗਸਟਰ ਆਉਣ, ਅਤੇ ਜੇ ਸਾਡਾ ਇੰਡੀਆ ਯੰਗਸਟਰ ਵਾਲਾ ਹੈਗਾ, ਜਿਹਨੂੰ ਸਮਝਦੇ ਹਾਂ ਕਿ 90% ਉੱਥੇ ਯੰਗਸਟਰ ਨੇਗੇ, 50% ਤੋਂ ਵੱਧ ਯੰਗਸਟਰ ਵਾਲਾ ਸਾਡੀ ਆਪਣਾ ਕੰਟਰੀ ਹੈ, ਸਾਡੀ ਸਟੇਟ ਵਿੱਚ ਵੀ ਹੈ, ਤਾਂ ਮੈਂ ਸਮਝਦੀ ਹਾਂ ਕਿ ਜ਼ਰੂਰ ਯੰਗਸਟਰਸ ਨੂੰ ਆਉਣਾ ਚਾਹੀਦਾ, ਔਰ ਸਾਡੀ ਇੱਕ ਪਾਰਟੀ ਹੈ ਜਿਹਦੇ ਵਿੱਚ ਮੈਜੋਰਟੀ ਯੰਗਸਟਰ ਸਾਡੀ ਪਾਰਟੀ 'ਚ ਹੈਗੇ। ਆਪ ਦੇ ਸੰਦਰਭ ਵਿੱਚ ਕਹਿ ਰਹੇ ਨੇ ਕਿਉਂਕਿ ਆਪ ਦੇ ਚਿਹਰੇ ਯੰਗ ਹੋਣਗੇ,
ਅਤੇ ਕਾਂਗਰਸ ਕਿਤੇ 'ਚ ਖਤਾ ਨਾ ਖਾ ਜੇ, ਯੰਗ ਚਿਹਰੇ ਵੀ ਹੋਣ 80% ਔਰ ਨਾਲ ਹੀ ਦਾਗੀ ਨਾ ਹੋਣ। ਆਮ ਆਦਮੀ ਪਾਰਟੀ ਦਾ ਜਿਹੜਾ ਪ੍ਰਧਾਨ ਹੈ ਉਹਨੂੰ ਯੰਗ ਕਹੋਗੇ, ਸੁੱਚਾ ਸਿੰਘ ਛੋਟੇਪੁਰ ਜੀ, ਮੈਂ ਉਹਦੀ ਵਿਚਾਰੀ ਇੱਜ਼ਤ ਕਰਦੀ ਹਾਂ, ਉਹਨੂੰ ਮਾੜਾ ਨਹੀਂ ਮੈਂ ਕਹਿੰਦੀ, ਚੰਗਾ ਇਨਸਾਨ ਹੈ ਉਹ, ਲੇਕਿਨ ਉਹ ਕੀ ਉਹਨੂੰ ਉਹਦੇ ਬਾਰੇ ਕੀ ਕਹਿ ਸਕਦੇ ਹਾਂ। ਜਿਹੜੇ ਹੋਰ ਬਣੇ ਹੈਗੇ ਨੇ, ਚਾਹੇ ਉਹ ਕਈ ਸਟੇਟ ਗਾਂਧੀ ਬਣੇ ਜਾਂ ਹੋਰ ਬਣੇ, ਕਿੰਨੇ ਕੁ ਯੰਗ ਕਹਿ ਸਕਦੇ ਆਪਾਂ ਸਾਰਿਆਂ ਨੂੰ, ਜਾਂ ਈਵਨ ਮੈਂ ਕਹਿੰਦੀ ਕੇਜਰੀਵਾਲ ਜੀ, ਠੀਕ ਹੈ ਕਿ ਉਹ ਆਪਣਾ ਉਹਨਾਂ ਦਾ ਪਤਾ ਨਹੀਂ ਲੱਗਦਾ, ਪਰ ਕਿੰਨੀ ਕੁ ਉਹਨਾਂ ਦੀ ਏਜ ਹੈਗੀ ਆਪਾਂ ਪਹਿਲਾਂ ਉਹੀ ਦੇਖ ਸਕਦੇ ਹਾਂ। ਜਿਹੜੇ ਉਹਨਾਂ ਦੇ ਹੋਰ ਨੈਸ਼ਨਲ ਲੀਡਰ ਸੀ ਉਹ ਕਿੰਨੇ ਕੁ ਸੀਗੇ, ਹੁਣ ਸੀ ਡੀ ਕੰਬੋਜ ਜੀ ਵੀ ਗਏ ਨੇ ਸਾਡੀ ਪਾਰਟੀ 'ਚੋਂ ਛੱਡ ਕੇ ਆ ਕੇ। ਸੋ ਆ ਇਹ ਜੰਗ ਦੀ ਪਰਿਭਾਸ਼ਾ ਕੀ ਹੈ, ਮੈਂ ਤਾਂ ਇਹ ਸਮਝਦੀ ਹੈਗੀ ਹਾਂ ਕਿ ਜੋ ਚੁਸਤ ਗਰੁਸਤ ਹੈਗਾ, ਠੀਕ ਹੈ, ਇਸ ਫੈਕਟਰ ਵੀ ਦੇਖਿਆ ਜਾਣਾ ਚਾਹੀਦਾ, ਲੇਕਿਨ ਜੇ ਕੋਈ ਜੰਗ ਬੰਦਾ ਹੋ ਕੇ ਵੀ ਬਿਮਾਰ ਪਿਆ, ਅਤੇ ਜੇ ਕੋਈ ਓਲਡ ਏਜ ਹੋ ਕੇ ਵੀ ਬਹੁਤ ਜੰਗ ਹੈਗਾ ਅਤੇ ਬਹੁਤ ਭੱਜ ਦੌੜ ਕਰਦਾ ਐਨਰਜੀ, ਮੈਂ ਤਾਂ ਕੁਛ ਨਹੀਂ ਮੰਨਦੀ, ਮੈਂ ਤਾਂ ਆਪਣੇ ਆਪ ਨੂੰ ਆਪਣੀ ਪਾਰਟੀ ਦੀ ਸੇਵਾਦਾਰ ਮੰਗਦੀ ਹਾਂ, ਜਦ ਤੱਕ ਹੱਡ ਪੁਰਾਣੇ ਚੱਲਦੇ ਹੈਗੇ ਤਾਂ ਕਰਨਾ। ਯੰਗਸਟਰ ਅਸੀਂ ਆਪਣੇ ਬੱਚਿਆਂ ਨੂੰ ਜ਼ਰੂਰ ਮੈਜੋਰਟੀ 'ਚ ਲੈ ਕੇ ਆਵਾਂਗੇ, ਲਿਆਉਣਾ ਚਾਹੀਦਾ ਸਾਨੂੰ, ਕਿਉਂਕਿ ਹਮੇਸ਼ਾ ਹੀ ਅਸੀਂ ਨਹੀਂ ਤੁਰੇ ਰਹਿਣਾ, ਅਕਸਰ ਇੱਕ ਦਿਨ ਹਰ ਚੀਜ਼ ਨੇ ਪਾਸਟ ਬਣਨਾ, ਕੋਈ ਵੀ ਹੈ ਨੇਚਰ ਦਾ ਇੱਕ ਫਾਰਮੂਲਾ ਹੈਗਾ। ਸੋ ਅਸੀਂ ਚਾਹੁੰਦੇ ਹਾਂ ਕਿ ਸਾਡੇ ਨਾਲ ਯੰਗ ਬੱਚੇ ਵੀ ਆ ਜਾਣ, ਯੰਗ ਨੌਜਵਾਨ ਆਉਣ, ਉਹਨਾਂ ਦੀ ਟ੍ਰੇਨਿੰਗ ਹੋ ਜਾਵੇ, ਨਾਲ ਉਹ ਸਿੱਖ ਸਕਣ, ਐਕਸਪੀਰੀਅੰਸ ਹੋਵੇ, ਅਤੇ ਨਾਲ ਉਹ ਤੁਹਾਨੂੰ ਉਸ ਤਜਰਬੇ ਦੇ ਮੁਤਾਬਕ। ਮੈਨੂੰ ਲੱਗਦਾ ਨਹੀਂਗਾ ਕਿ ਜਦੋਂ ਪੰਜਾਬ ਦੇ ਅੰਦਰ 97 ਲੱਖ ਤੋਂ ਜ਼ਿਆਦਾ ਵੋਟ ਆ ਜਿਹੜਾ ਯੂਥ ਦਾ ਹੈਗਾ, ਇਸ ਵਾਰ 18 ਤੋਂ ਲੈ ਕੇ 40 ਸਾਲ ਤੱਕ ਦਾ ਜਿਹੜਾ ਵੋਟ ਆ, ਵੋਟ ਬੈਂਕ ਹੈਗਾ ਉਹ 18 ਤੋਂ ਲੈ ਕੇ 38 ਸਾਲ ਤੱਕ ਦਾ, ਜੇ ਤੁਸੀਂ ਨਹੀਂ ਯੰਗ ਚਿਹਰੇ ਉਤਾਰੋਗੇ ਇਸ ਵਾਰ ਵੱਡੇ ਪੱਧਰ ਦੇ ਉੱਤੇ, ਤਾਂ ਨੁਕਸਾਨ ਹੋਊ ਪਾਰਟੀ ਦਾ। ਨਹੀਂ, ਮੈਂ ਨਹੀਂ ਕਹਿੰਦੀ ਕਿ ਅਸੀਂ ਨਹੀਂ ਉਤਾਰਾਂਗੇ, ਅਸੀਂ ਜ਼ਰੂਰ ਉਤਾਰਾਂਗੇ, ਸਾਡੇ ਚੱਜ ਵੀ ਹੈਗੇ ਨੇ, ਸਾਡਾ ਦੇਖੋ ਆਪਣਾ ਜੇ ਲੀਡਰ ਬਣਿਆ, SCLP ਲੀਡਰ ਬਣਿਆ ਜੰਗ ਹੈ ਉਹ, ਜੇ ਡਿਪਟੀ ਲੀਡਰ ਬਣਿਆ ਜੰਗ ਹੈ ਉਹ, ਜੇ ਉਸ ਤੋਂ ਬਾਅਦ ਸਾਡਾ ਆਪਣਾ ਚੀਫ ਵਿਪ ਬਣਿਆ ਉਹ ਵੀ ਜੰਗ ਹੈਗਾ, 4 ਅਹੁਦੇਦਾਰੀਆਂ ਸਾਡੀਆਂ ਦਿੱਤੀਆਂ, 4 ਜੰਗ ਨੂੰ ਗਈਆਂ ਵੀ ਹੈ। ਸੋ ਇਸ ਕਰਕੇ ਅਸੀਂ ਨਹੀਂ ਕੋਈ ਗੱਲ ਹੈਗੀ, ਲੇਕਿਨ ਇਹ ਠੀਕ ਹੈ ਕਿ ਓਲਡ ਨੂੰ ਬਿਲਕੁਲ ਹੀ ਖਾਲੀ ਕਰਦੀ, ਉਹਨਾਂ ਤਜਰਬੇ ਦੀ ਵੀ ਲੋੜ ਹੈ, ਯੰਗਸਟਰ ਜਿਹੜੇ ਸਾਡੇ ਹੈਗੇ ਨੌਜਵਾਨ ਉਹਨਾਂ ਦੀ ਐਨਰਜੀ ਅਤੇ ਉਹਨਾਂ 'ਚ ਭੱਜ ਦੌੜ ਦੀ ਵੀ ਲੋੜ ਹੈ। ਇਹ ਦੋਨਾਂ ਨੂੰ ਮਿਲ ਕੇ ਇਕੱਠੇ ਹੋ ਕੇ ਅਸੀਂ ਜ਼ਰੂਰ ਸਮਝਦੇ ਹਾਂ ਕਿ ਜੇ ਇੰਨੀ ਸਾਡੀ ਹੈਗੀ ਹੈ ਆਬਾਦੀ ਤਾਂ ਯੰਗਸਟਰ ਮੈਜੋਰਟੀ 'ਚ ਹੋਣੇ ਚਾਹੀਦੇ ਨੇ, ਮੈਂ ਖੁਦ ਉਸਨੂੰ ਤਰਜੀਹ ਦਿੰਦੀ ਹਾਂ ਅਤੇ ਮੇਰੀ ਆਪਣੀ ਰਾਏ ਵੀ ਹੈ। ਮੈਨੂੰ ਲੱਗਦਾ ਜਦੋਂ ਕੇਜਰੀਵਾਲ ਮਾਘੀ ਦੇ ਮੇਲੇ ਦੇ ਉੱਤੇ ਆ ਕੇ ਕਹਿੰਦੇ ਨੇ ਕਿ ਬਾਦਲ ਸਰਕਾਰ 'ਤੇ ਕਮਿਸ਼ਨ ਬਿਠਾਵਾਂਗੇ ਇਹਨਾਂ ਦੇ ਕੁਕਰਮਾਂ ਦੇ ਉੱਤੇ, ਔਰ ਸੰਜੇ ਸਿੰਘ ਕਹਿੰਦੇ ਨੇ ਮਜੀਠੀਆ ਨੂੰ ਕਾਲਰ ਫੜ ਕੇ ਅੰਦਰ ਦੇਵਾਂਗੇ, ਤਾਂ ਕਾਂਗਰਸ ਦੇ ਉੱਤੇ ਜਿਹੜਾ ਐਲੀਗੇਸ਼ਨ ਲੱਗਦਾ ਕਿ ਕਾਂਗਰਸ ਸੌਫਟ ਰਹਿੰਦੀ ਹੈ, ਕੈਪਟਨ ਅਮਰਿੰਦਰ ਸਿੰਘ ਵੀ ਨਹੀਂ ਬੋਲਦੇ ਇਸ ਮਸਲੇ ਦੇ ਉੱਤੇ, ਬਹੁਤ ਸਾਰੇ ਹੋਰ ਲੀਡਰਾਂ ਬਾਰੇ ਵੀ ਕਿਹਾ ਜਾਂਦਾ ਕਿ ਤੁਹਾਡੇ ਲਈ ਜਿਹੜਾ ਸਪੇਸ ਸੀਗਾ ਉਹ ਪਹਿਲੇ ਖਾ ਚੁੱਕੀ ਆਮ ਆਦਮੀ, ਇਹਦੇ 'ਚ ਫਰਕ ਹੈਗਾ, ਸਾਡੀ ਪਾਰਟੀ ਜੋ ਕਹਿੰਦੀ ਉਹ ਕਰਕੇ ਦਿਖਾਉਂਦੀ ਹੈ। ਪਿਛਲੀ ਵਾਰ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਮੈਂ ਜੇ ਬਣਿਆ CM 2002 ਦੇ ਵਿੱਚ ਅਤੇ ਮੈਂ ਅੰਦਰ ਕਰੂੰ ਬਾਤ ਉਸ ਸਾਥ ਕੇਸ ਬਣਾਉਂ, ਬਣੇ ਕਿ ਨਹੀਂ, ਸਾਰੇ ਕੇਸ ਬਣੇ ਅੱਜ ਤੱਕ ਵੀ ਚੱਲਦੇ ਨੇ, ਲੇਕਿਨ ਕੇਜਰੀਵਾਲ ਜੋ ਕਹਿੰਦਾ ਉਹਨੂੰ ਕਦੇ ਪੂਰਾ ਕੀਤਾ ਹੀ ਨਹੀਂ। ਇਹ ਪੰਜਾਬ ਦੀ ਗੱਲ ਤਾਂ ਬਾਅਦ 'ਚ ਕਰੇ ਕੇਜਰੀਵਾਲ, ਪਹਿਲਾਂ ਇਹਨਾਂ ਨੇ ਕਿਹਾ ਨਹੀਂ ਸੀ ਕਿ ਦਿੱਲੀ ਦੀ ਜਿਹੜੀ ਚੀਫ ਮਿਨਿਸਟਰ ਹੈ ਸ਼ੀਲਾ ਦੀਕਸ਼ਿਤ, ਮੈਂ ਬਹਿੰਦੇ ਇੱਥੇ ਕੇਸ ਬਣਾਊਂਗਾ, ਅੱਜ ਕਹਿਣ ਲੱਗਿਆ ਕੋਈ ਕੰਪਲੇਂਟ ਕਰੇ ਤਾਂ ਮੈਂ ਕੇਸ ਬਣਾਊਂਗਾ, ਇਹਦੀ ਜ਼ਬਾਨ 'ਤੇ ਕੋਈ ਯਕੀਨ ਕਰ ਸਕਦਾ? ਜਿਹੜਾ ਇਨਸਾਨ ਪਹਿਲਾਂ ਇੱਕ ਦਰਵੇਸ਼ ਜਿਹੜਾ ਸਾਡਾ ਸੀਗਾ ਅੰਨਾ ਹਜ਼ਾਰੇ, ਉਹਦੇ ਨਾਂ 'ਤੇ ਇੱਕ ਐਟਮੋਸਫੀਅਰ ਬਣਾ ਕੇ ਉਹਦੀ ਪਾਪੂਲੈਰਿਟੀ ਲੈ ਕੇ ਅਤੇ ਆਪਣੀ ਰਾਜਨੀਤੀ ਦਾ ਪਰਸਨਲ ਨਿੱਜੀ ਰਾਹ ਲੈਣ ਵਾਸਤੇ ਜਾ ਸਕਦਾ ਹੈ। ਜਿਹੜਾ ਬੰਦਾ ਉੱਥੇ ਚੀਫ ਮਿਨਿਸਟਰ ਬਣਿਆ ਹੈ ਅਤੇ ਫਿਰ ਬਹਾਨਾ ਮਾਰ ਕੇ ਦੂਜੀ ਸਮਝ ਲੈ, ਜਿਹੜਾ ਹੁਣ ਅੱਜ ਉੱਥੇ ਫੇਲ ਹੋ ਗਿਆ ਤਾਂ ਉੱਥੋਂ ਭੱਜ ਕੇ ਫਟਾਫਟ ਪੰਜਾਬ 'ਚ ਇਲੈਕਸ਼ਨ ਹੋਣ ਵਾਲੀਆਂ, ਆਪਣੇ ਆਪ ਨੂੰ ਸੋਚ ਕੇ ਹੁਣ ਇੱਥੇ ਉਹ MLA ਬਣਨ ਤਾਂ ਆਉਣਾ ਨਹੀਂ, ਜੋ ਕਹਿੰਦਾ ਮੈਂ ਸੁਖਬੀਰ ਬਾਦਲ ਦੇ ਮੁਕਾਬਲੇ 'ਚ ਲੜੂੰ ਜੀ ਤਾਂ ਪਹਿਲਾਂ ਕਿਹਾ ਉਹਨੇ, ਤਾਂ ਉਹ ਇੱਥੇ ਚੀਫ ਮਿਨਿਸਟਰ ਬਣਨ ਵਾਸਤੇ ਸੋਚਦਾ ਸੀ। ਜਿਹੜਾ ਇਨਸਾਨ ਸਿਰਫ ਆਪਣੇ ਅਤੇ ਆਪਣੇ ਲਈ ਸੋਚਦਾ, ਸਭ ਨੂੰ ਛੱਡ ਸਕਦਾ, ਜੋ ਵਾਅਦੇ ਕਰਕੇ ਮੁੱਕਰ ਸਕਦਾ ਹੈ, ਪਹਿਲਾਂ ਸ਼ੀਲਾ ਦੀਕਸ਼ਿਤ ਜੀ ਬਾਰੇ ਜੋ ਕੁਛ ਕਿਹਾ ਸੀਗਾ, ਇਹਨਾਂ ਨੂੰ ਪਬਲਿਕਲੀ ਮਾਫੀ ਮੰਗਣੀ ਚਾਹੀਦੀ ਹੈ, ਕਿਉਂਕਿ ਸ਼ੀਲਾ ਦੀਕਸ਼ਿਤ 'ਤੇ ਇਟ ਮੀਨਸ ਇਹਨਾਂ ਨੂੰ ਕੁਛ ਨਹੀਂ ਮਿਲਿਆ, ਉਹ ਸਹੀ ਹੈ, ਸਾਫ਼ ਹੈਗੀ, ਜਿਹੜੇ ਉਸ ਕਿਰਦਾਰ 'ਤੇ ਉਂਗਲ ਠਾ ਰਹੇ ਸੀ ਹੈ ਨਹੀਂ, ਉਹਦੇ ਵਿੱਚ ਕੁਛ ਮਿਲਿਆ ਨਹੀਂ, ਅਤੇ ਇਸ ਲਈ ਇਹ ਗੱਲਾਂ ਕਹਿ ਦੇਣੀਆਂ ਕਿ ਮੈਂ ਉਹਨੂੰ ਅੰਦਰ ਕਰੂੰ, ਮੈਂ ਉਹਨੂੰ ਅੰਦਰ ਕਰੂੰ, ਇਹ ਆਪ ਅੰਦਰ ਹੋਣ ਤੋਂ ਬਚ ਜਾਣ ਪਹਿਲਾਂ। ਇਹਨਾਂ ਦੇ ਜਿਸ ਵਕਤ ਪਹਿਲਾਂ ਰਹੇ ਹੈਗੇ ਨੇ ਆਪਣੇ ਮਹਿਕਮੇ ਦੇ ਵਿੱਚ ਰਹੇ ਨੇ, ਹਾਲਾਂਕਿ ਮੈਂ ਆਪਣੇ ਵੱਲੋਂ ਕੋਈ ਦੋਸ਼ ਨਹੀਂ ਲਾ ਰਹੀ, ਲੇਕਿਨ ਕਿੰਨੀਆਂ ਉਂਗਲਾਂ ਉੱਡਦੀਆਂ ਰਹੀਆਂ, ਕਿੰਨਾ ਕੁਛ ਆਉਂਦਾ ਜਾਂਦਾ ਰਿਹਾ,
ਅਸੀਂ ਸਮਝਦੇ ਹਾਂ ਕਿ ਇਹੋ ਜਿਹੀਆਂ ਗੱਲਾਂ ਸੀਨੀਅਰ ਲੀਡਰਸ ਨੂੰ ਬੜੀਆਂ ਸੋਚ ਵਿਚਾਰ ਕੇ ਕਰਨੀਆਂ ਚਾਹੀਦੀਆਂ, ਐਵੇਂ ਹਵਾ ਦੇ ਵਿੱਚ ਅਸੀਂ ਆਪਣੇ ਬਿਆਨਾਂ ਨੂੰ ਉਡਾਈ ਜਾਈਏ। ਪਰਸੈਪਸ਼ਨ ਹੀ ਕਾਇਮ ਬਣਾ ਰਹੇ ਨੇ ਉਹ ਕਿ ਕਾਂਗਰਸ ਅਤੇ ਅਕਾਲੀ ਮਿਲੇ ਹੋਏ ਨੇ, 5 ਸਾਲ ਉਹ ਆਪਦੀ ਰਾਜ ਕਰ ਲੈਂਦੇ ਨੇ, 5 ਸਾਲ ਇਹ ਰਾਜ ਕਰ ਲੈਂਦੇ ਨੇ, ਮਿਲੇ ਹੋਏ ਨੇ ਆਪਸ ਦੇ ਵਿੱਚ ਦੀ। ਤੁਹਾਨੂੰ ਲੱਗਦਾ ਇਸ ਇਹ ਜਿਹੜੀ ਵਾਰ ਵਾਰ ਇਹ ਗੱਲ ਕਹੀ ਜਾ ਰਹੀ ਹੈ ਤੁਹਾਡੇ ਬਾਰੇ? ਬਿਲਕੁਲ ਇਹ ਗੱਲ ਗਲਤ ਹੈਗੀ ਹੈ। 5 ਸਾਲ ਜੇ ਰਾਜ ਕਰਦੇ ਨੇ ਤਾਂ ਰਾਜ ਅਸੀਂ ਬਣਾਉਂਦੇ ਹਾਂ, ਰਾਜ ਤਾਂ ਲੋਕ ਬਣਾਉਂਦੇ ਨੇ, ਵੋਟਾਂ ਲੋਕ ਪਾਉਂਦੇ ਨੇ। ਲੋਕ ਇੱਕ ਸਰਕਾਰ ਤੋਂ ਕਈ ਵਾਰੀ ਅੱਕੇ ਉਹ ਦੂਜੀ ਨੂੰ ਮੌਕਾ ਦਿੰਦੇ ਆ, ਦੂਜੀ ਤੋਂ ਅੱਕੇ ਤੀਜੀ ਨੂੰ ਮੌਕਾ ਦਿੰਦੇ ਆ, ਲੇਕਿਨ ਅੱਜ ਸਾਰੀਆਂ ਉਹਨਾਂ ਨੇ ਪ੍ਰਤਿਆ ਕੇ ਦੇਖ ਲਈਆਂ, ਆਪ ਵਾਲੀ ਦਿੱਲੀ 'ਚ ਪ੍ਰਤਿਆ ਲਏ, ਇੱਥੇ ਅਕਾਲੀ ਦਲ ਪ੍ਰਤਿਆ ਲਏ, ਮੁੜ ਕੇ ਉਹਨਾਂ ਨੂੰ ਆਇਆ ਕਿ ਕਾਂਗਰਸ ਦਾ ਰਾਜ ਸਫਲ ਰਾਜ ਸੀ। ਸੋ ਇਹ ਐਸੀ ਕੋਈ ਵੀ ਗੱਲ ਨਹੀਂ ਹੈਗੀ, ਇਹ ਤਾਂ ਗਲਤ ਚੀਜ਼ ਹੈਗੀ। ਕੌਣ ਬੰਦਾ ਜਿਹੜਾ ਆਪਣੀ ਰਾਜ ਸ਼ਾਸਨ ਖੋ ਕੇ ਦੂਜਿਆਂ ਦੀ ਮਦਦ ਕਰੂਗਾ? ਕੋਈ ਹੈ ਅੱਜ ਦੇ ਜ਼ਮਾਨੇ 'ਚ? ਕਿਉਂ ਅਕਾਲੀ ਦਲ ਆਪਦਾ ਸ਼ਾਸਨ ਛੱਡ ਕੇ ਸਾਨੂੰ ਸ਼ਾਸਨ ਦੇਣਗੇ, ਅਸੀਂ ਆਪਦਾ ਸ਼ਾਸਨ ਛੱਡ ਕੇ ਕਿਉਂ ਅਕਾਲੀ ਦਲ ਨੂੰ ਦੇਵਾਂਗੇ? ਹਰ ਥਾਂ 'ਤੇ ਕਾਂਗਰਸ ਅਤੇ ਅਕਾਲੀ ਦਲ ਦੇ ਵਿੱਚ ਪੂਰਾ ਟਕਰਾਅ ਰਿਹਾ, ਇਸ਼ੂਆਂ 'ਤੇ, ਪੋਲਸੀਆਂ 'ਤੇ ਲੜਾਈ ਰਹੀ ਹੈ, ਧਰਨੇ ਰਹੇ ਨੇ, ਜੇਲ੍ਹ ਭਰੋ ਅੰਦੋਲਨ ਰਹੇ ਨੇ, ਸਾਰੇ ਕੁਝ ਰਹੇ ਨੇ, ਅਸੀਂ ਕਰਦੇ ਰਹੇ ਹਾਂ, ਇਨਕੁਆਇਰੀਆਂ ਰਹੀਆਂ। ਅਤੇ ਜੇ ਸ਼ਾਸਨ ਬਣਾਉਣ ਦੀਆਂ ਗੱਲਾਂ ਹੁੰਦੀਆਂ, ਫਿਰ ਕੇਸ ਬਣਨੇ, ਉਹ ਬਣਾਉਣੇ, ਆਹ ਕੁਝ ਕਰਨਾ ਕਿਉਂ ਹੁੰਦਾ? ਪੂਰਾ ਪੋਲਸੀਆਂ 'ਤੇ ਟਕਰਾਓ ਸੀ ਅਤੇ ਹੈ। ਸਾਡੀ ਅਸੀਂ ਡੈਮੋਕ੍ਰੇਸੀ ਵਿੱਚ ਰਹਿੰਦੇ ਹੋਏ, ਅਸੀਂ ਆਪਣੀ ਜਿਸ ਤਰ੍ਹਾਂ ਕਹਿੰਦੇ ਇਖਲਾਕ ਨੂੰ ਕਾਇਮ ਰੱਖਦੇ ਹੋਏ, ਸਾਡੇ ਡਿਫਰੈਂਸ ਆਫ ਓਪੀਨੀਅਨ ਹੈ। ਪੰਜਾਬ ਦੇ ਮੁੱਖ ਮੰਤਰੀ ਰਹੇ ਬੀਬੀ ਜੀ, ਅੱਗੇ ਇੱਛਾ ਹੈਗੀ ਆ ਮੁੱਖ ਮੰਤਰੀ ਬਣਨ ਦੀ, ਜੇ 2017 'ਚ ਪਾਰਟੀ ਜਿੱਦੀ ਕੋਈ ਦਾਅਵੇਦਾਰੀ ਠੋਕੋਗੇ ਤੁਸੀਂ? ਦੇਖੋ, ਮੈਂ ਸਮਝਦੀ ਹਾਂ ਕਿ ਅੱਜ ਜੇ ਕਿਸੇ ਵਕਤ ਅੱਜ ਸਾਡੇ ਸਾਰਿਆਂ ਦਾ ਫਰਜ਼ ਇਹ ਬਣਦਾ ਕਿ ਅਸੀਂ ਕਾਂਗਰਸ ਪਾਰਟੀ ਦੀ ਸਰਕਾਰ ਲੈ ਕੇ ਆਈਏ। ਕਾਂਗਰਸ ਪਾਰਟੀ ਸਰਕਾਰ ਬਣੇ ਤਾਂ ਅਗਰ ਉਹਦੇ ਵਿੱਚ ਸਾਨੂੰ ਪੁੱਛਿਆ ਜਾਂਦਾ ਪੁਰਾਣੇ ਲੀਡਰਾਂ 'ਚੋਂ ਬਣਾਉਣਾ ਚਾਹੁੰਦੇ ਆ ਕੋਈ, ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਹੋਊਗਾ ਅਗਰ ਕੈਪਟਨ ਨੂੰ ਦੱਸੇ ਚੀਫ ਮਿਨਿਸਟਰ ਬਣਾ ਦਿੰਦੇ ਨੇ। ਮੈਂ ਜਿਸ ਤਰ੍ਹਾਂ ਅੱਗੇ ਵੀ ਕਿਹਾ ਕਿ ਮੈਂ ਆਪਣੇ ਆਪ ਲਈ ਕਦੇ ਕੁਛ ਮੰਗਿਆ ਨਹੀਂ। ਪਾਰਟੀ ਕਿੱਥੇ ਡਿਊਟੀ ਲਾਉਂਦੀ ਹੈ, ਕੀ ਬਣਾਉਣਾ ਚਾਹੁੰਦੀ ਹੈ, ਕਿਹਨੂੰ ਕਿੱਥੇ ਰੱਖਣਾ ਚਾਹੁੰਦੀ, ਲੀਡਰ ਨੂੰ ਰੱਖਣਾ ਚਾਹੁੰਦੀ, ਇਹ ਫੈਸਲਾ ਕਰਨਾ ਹਾਈ ਕਮਾਂਡ ਨੇ। ਲੇਕਿਨ ਇਹਦੇ ਵਿੱਚ ਜਦੋਂ ਵੀ ਕੋਈ ਨਿੱਜੀ ਰਾਏ ਲਈ ਜਾਊਗੀ ਤਾਂ ਮੈਂ ਆਪਣੀ ਰਾਏ ਦੇਊਂਗੀ। ਲੇਕਿਨ ਮੈਂ ਜਿਸ ਤਰ੍ਹਾਂ ਕਿਹਾ ਹੈਗਾ ਕਿ ਅੱਜ ਜਿਹੜੀ ਪੰਜਾਬ ਦੀ ਚੀਫ ਮਿਨਿਸਟਰੀ ਹੈ ਉਹ ਕੋਈ ਖਾਲਾ ਜੀ ਦਾ ਵਾੜਾ ਨਹੀਂ। ਜਿਸ ਤਰ੍ਹਾਂ ਪੰਜਾਬ ਨੂੰ ਕੰਗਾਲ ਕਰਕੇ ਸਿੱਟਤਾ ਇਹਨਾਂ ਅਕਾਲੀ ਦਲ ਨੇ, ਗਹਿਣੇ ਧਰਤੀਆਂ ਪ੍ਰੋਪਰਟੀਆਂ ਵੇਚ ਰਹੇ ਆ ਸਾਰਾ ਕੁਛ ਕਰਕੇ, ਨਸ਼ਿਆਂ ਦਾ ਹਾਲਤ ਮਾੜਾ ਹੈਗਾ, ਲਾਅ ਐਂਡ ਆਰਡਰ ਦੀ ਸਿਚੁਏਸ਼ਨ ਮਾੜੀ ਹੈਗੀ ਹੈ, ਪੋਲੀਟੀਕਲਾਈਜੇਸ਼ਨ ਦਾ ਇਹਨਾਂ ਨੇ ਬਿਊਰੋਕਰੇਸੀ ਦਾ ਵੀ ਕਰਤਾ ਅਤੇ ਜਿਹੜੀਆਂ ਸਕੀਮਾਂ ਉਹਨਾਂ ਦਾ ਵੀ ਕਰਤਾ, ਕੰਸਟੀਟਿਊਸ਼ਨ ਦੇ ਜਿਹੜੇ ਮੁਤਾਬਕ ਜੋ ਜਿਨ੍ਹਾਂ ਨੂੰ ਕੰਸਟੀਟਿਊਸ਼ਨ ਮੁਤਾਬਕ ਲੋਕ ਤਾਕਤ ਦਿੰਦੇ ਆ ਸਰਕਾਰੀ ਅਹੁਦਿਆਂ 'ਤੇ ਬੈਠਣ ਦੀ, ਉਹਨਾਂ ਦੀ ਇਹਨਾਂ ਨਿਖੇਧੀ ਕਰਕੇ ਉੱਥੇ ਉਲਟ ਚੱਲੇ ਨੇ। ਇਹ ਸਾਰੀਆਂ ਚੀਜ਼ਾਂ ਅਸੀਂ ਇਹਨਾਂ ਦੇ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨਾਲ ਤੁਹਾਡੇ ਇੱਕ ਦੌਰ 'ਚ ਬਹੁਤ ਵੱਡੇ ਇਤਰਾਜ਼ ਰਹੇ ਨੇ, ਕੈਪਟਨ ਅਮਰਿੰਦਰ ਸਿੰਘ ਨੂੰ ਤੁਸੀਂ ਕੋਸ਼ਿਸ਼ ਵੀ ਕੀਤੀ ਕਿ ਉਹ ਸਾਈਡ ਲਾਈਨ ਹੋਣ, ਕਿਉਂਕਿ ਉਹਨਾਂ ਦਿਨਾਂ ਦੇ ਅੰਦਰ ਬਹੁਤ ਕੁਝ ਚੱਲ ਰਿਹਾ ਸੀਗਾ, ਤਾਂ ਹੁਣ ਤੁਹਾਨੂੰ ਕਿਉਂ ਲੱਗਦਾ ਕਿ ਉਹਨਾਂ 'ਚ ਬਹੁਤ ਸਮਰੱਥ? ਨਹੀਂ, ਐਸੀ ਕੋਈ ਨਹੀਂ ਗੱਲ ਹੈਗੀ, ਸਾਡੇ ਡਿਫਰੈਂਸਿਸ ਪਹਿਲਾਂ ਵੀ ਰਹੇ ਹੋਏ ਨੇ, ਡਿਫਰੈਂਸਿਸ ਆਫ ਓਪੀਨੀਅਨ ਸਾਡੇ ਅੱਗੇ ਵੀ ਹੋ ਸਕਦੇ ਹੈਗੇ ਨੇ ਕਿਸੇ ਥਾਂ 'ਤੇ ਵੀ। ਲੇਕਿਨ ਮੈਂ ਇਹ ਕਹਿੰਦੀ ਹਾਂ ਕਿ ਅਗਰ ਇਹਨਾਂ ਸਾਰੀਆਂ ਚੀਜ਼ਾਂ ਵਿੱਚੋਂ ਸਾਡੀ ਹਾਈਕਮਾਂਡ ਪਾਰਟੀ ਕੈਪਟਨ ਅਮਰਿੰਦਰ ਸਿੰਘ ਚੀਫ ਮਿਨਿਸਟਰ ਬਣਾਉਣਾ ਚਾਹੁੰਦੀ ਹੈ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਹੋਊਗਾ। ਮੈਂ ਇਹ ਗੱਲ ਕਹੀ ਹੈ, ਫੈਸਲਾ ਕਰਨਾ ਹਾਈਕਮਾਂਡ ਨੇ, ਡਿਫਰੈਂਸਿਸ ਹੋਣਾ ਹੋਰ ਚੀਜ਼ ਹੈ। ਅਗਰ ਪਾਰਟੀ ਚਾਹੇ ਤੁਸੀਂ ਬਣੋ ਮੁੱਖ ਮੰਤਰੀ? ਨਹੀਂ, ਜੋ ਪਾਰਟੀ ਚਾਹੋਗੇ ਤਾਂ ਸਾਰਿਆਂ ਨੂੰ ਮੰਨਣਾ ਪੈਣਾ ਹੈਗਾ। ਜੋ ਪਾਰਟੀ ਚਾਹੂਗੀ, ਪਾਰਟੀ ਤੋਂ ਉੱਪਰ ਤਾਂ ਕੋਈ ਇਨਸਾਨ ਨਹੀਂ, ਪਾਰਟੀ ਦਾ ਹਰ ਫੈਸਲਾ ਹਰ ਇੱਕ ਨੂੰ ਮੰਨਣਾ ਪਊ। ਮੈਂ ਹਮੇਸ਼ਾ ਹੀ ਇਹ ਕਿਹਾ ਕਿ ਪਾਰਟੀ ਦੇ ਫੈਸਲਾ ਜੋ ਕਰਨਗੇ ਮੈਨੂੰ ਕੋਈ ਇਤਰਾਜ਼ ਨਹੀਂ, ਅੱਜ ਵੀ ਮੈਂ ਉਹੀ ਕਹਿੰਦੀ ਹਾਂ। ਨਸ਼ੇ ਦੇ ਲਈ ਤੁਸੀਂ ਜ਼ਿੰਮੇਵਾਰ ਕਿਹਨੂੰ ਮੰਨਦੇ ਹੋ ਪੰਜਾਬ ਦੇ ਅੰਦਰ? ਪੂਰੀ ਤਰ੍ਹਾਂ ਨਾਲ ਮੌਕੇ ਦੀ ਮੌਜੂਦਾ ਸਰਕਾਰ ਹੈ ਜਿਹੜੀ ਇਹ ਜ਼ਿੰਮੇਵਾਰ ਹੈ, ਕਿਉਂਕਿ ਸਾਡੇ ਸਮੇਂ 'ਚ ਇੰਨੇ ਨਸ਼ੇ ਕਿਉਂ ਨਹੀਂ ਆਏ? ਸਾਡੇ ਸਮੇਂ 'ਚ ਨਿੱਕੀ ਮੋਟੀ ਜਿਹੜੇ ਵਿਚਾਰੇ ਮਜ਼ਦੂਰ ਕੰਮ ਕਰਨ ਵਾਲੇ, ਕੋਈ ਫੀਮ ਖਾ ਲਈ, ਕੋਈ ਭੁੱਕੀ ਖਾ ਲਈ, ਉਹ ਸੀ। ਇਹ ਨਵੇਂ ਤੋਂ ਨਵੇਂ ਜਿਹਨੂੰ ਆਪਾਂ ਕਹਿੰਦੇ ਹਾਂ ਬ੍ਰਾਂਡਡ ਜਿਹੜੇ ਨਸ਼ੇ ਨੇ, ਆ ਗਿਆ ਆਪਣਾ ਸਿੰਥੈਟਿਕ ਡਰੱਗ ਆ ਗਈ, ਆ ਫਲਾਨਾ ਆ ਗਿਆ, ਧਮਕਾ ਆ ਗਿਆ, ਕੋਈ ਚਿੱਟੇ ਦਾ ਨਾਂ ਰੱਖ ਲੈਂਦੇ, ਕੋਈ ਕੁਛ ਨਾਂ ਰੱਖਦੇ ਹੈਗੇ ਨੇ। ਇਹ ਜਿਹੜੇ ਬ੍ਰਾਂਡਡ ਨੇ ਨਵੇਂ ਨਵੇਂ, ਇਹ ਨਸ਼ੇ ਇਹਨਾਂ ਵਿੱਚ ਆਇਆ, ਸਿੰਥੈਟਿਕ ਡਰੱਗ, ਇਹ ਸਾਰੀ ਇਹਨਾਂ ਸਮੇਂ 'ਚ ਆਈ ਹੈ। ਇਹ ਜੇ ਤਾਂ ਅਸੀਂ ਨਾ ਹੀ ਸਾਡੇ ਸਮੇਂ 'ਚ ਕਦੇ ਸੁਣੇ ਸੀ। ਸੋ ਮੌਕੇ ਦੀ ਸਰਕਾਰ ਜ਼ਿੰਮੇਵਾਰ ਹੁੰਦੀ ਹੈ ਇਸ ਗੱਲ ਦੀ, ਔਰ ਇਹ ਸਰਕਾਰ ਇਸ ਤੋਂ ਭੱਜਣ ਲਈ ਕਹਿ ਦਿੰਦੀ ਹੈ ਜੀ ਸੈਂਟਰ ਵਾਲੇ ਸਾਡੇ ਬਾਰਡਰ 'ਤੇ ਬਾਹਰੋਂ ਆਉਂਦਾ ਨਸ਼ਾ, ਬਾਹਰ ਵਾਲੇ ਕਹਿੰਦੇ ਨੇ, ਉਹ ਜਿਹੜਾ ਅਮਿਤ ਸ਼ਾਹ ਆਇਆ ਸੀ ਇੱਕ ਵਾਰ ਅੰਮ੍ਰਿਤਸਰ, ਉਹ ਕਹਿੰਦਾ ਸੀ ਇਹ ਸਟੇਟ 'ਚੋਂ ਬਾਹਰ ਜਾਂਦੇ ਨੇ।
ਇਹ ਜਿਹੜੇ ਹੈਗੇ ਨੇ ਟਪਲੇਬਾਜ਼ੀਆਂ ਕਰਕੇ ਸੈਂਟਰ ਕਹਿ ਰਿਹਾ ਸਟੇਟ ਜ਼ਿੰਮੇਵਾਰ ਹੈ, ਸਟੇਟ ਕਹਿ ਰਹੀ ਹੈ ਉਹ ਜ਼ਿੰਮੇਵਾਰ ਹੈ, ਇਹ ਦੂਸ਼ਣਬਾਜ਼ੀ ਵਿੱਚ ਦੋਨੇ ਪਾਰਟੀਆਂ ਜ਼ਿੰਮੇਵਾਰ ਨੇ, ਬਚ ਨਹੀਂ ਸਕਦੀਆਂ। ਇਸ ਇਸ਼ੂਆਂ 'ਤੇ, ਨਸ਼ਿਆਂ ਦੇ ਇਸ਼ੂਆਂ 'ਤੇ ਵੀ ਇਹਨਾਂ ਨੇ ਇੱਕ ਦੂਜੇ ਦੇ ਉੱਤੇ ਬਾਲੀਆਂ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਔਰ ਇਸ ਤਰ੍ਹਾਂ ਨਾਲ ਜਿਹੜੇ ਆ ਇੰਸੀਡੈਂਟ ਵਾਪਰੇ ਆ ਸਾਡੇ ਗੁਰਦਾਸਪੁਰ, ਇਹਨਾਂ ਵਿੱਚ ਵੀ ਇਹ ਕਹਿੰਦੇ BSF ਦੀ ਹੋਰ ਲੋੜ ਹੈ। ਇਹ ਅੱਜ ਹੀ ਲੋੜ ਹੈ, ਇਹਨਾਂ ਨੂੰ ਪਹਿਲਾਂ ਕਦੋਂ ਸੀ ਪਤਾ? ਉਹ ਕਹਿੰਦੇ ਅਸੀਂ ਪਹਿਲਾਂ ਇਨਫਾਰਮ ਕਰਤਾ ਸੀ ਇਹਨਾਂ ਨੂੰ, ਅਲਰਟ ਕਰਤਾ ਸੀ ਅਸੀਂ ਇਹਨਾਂ ਨੂੰ। ਕੀ ਸਿਰਫ ਅਲਰਟ ਕਰਨਾ ਜ਼ਿੰਮੇਵਾਰੀ ਹੈ? ਦੋਨੋਂ ਸਰਕਾਰਾਂ ਦੋਨੋਂ ਮੁੱਦਿਆਂ 'ਤੇ ਪੂਰੀ ਤਰ੍ਹਾਂ ਨਾਲ ਇੱਕਜੁੱਟ ਹੈ ਨਹੀਂ, ਔਰ ਇੱਕ ਦੂਜੇ ਦੇ ਇਹਨਾਂ ਦੇ ਅੰਦਰ ਇੰਨਾ ਇਹਦਾ ਮਤਲਬ ਡਿਫਰੈਂਸਿਸ ਆਫ ਓਪੀਨੀਅਨ ਜਾਂ ਮੈਂ ਸਮਝਦੀ ਹਾਂ ਡਿਸਲਾਈਕਿੰਗ ਆ ਗਈ ਹੈ, ਜੀ ਸਾਡੀ ਸਟੇਟ ਦਾ ਨੁਕਸਾਨ ਲੀਡਰ ਨਜ਼ਰ ਆਉਂਦੇ ਨੇ ਤੁਹਾਨੂੰ ਪੰਜਾਬ ਜਿੰਨਾ ਦਾ ਨਸ਼ੇ 'ਚ ਵੱਡਾ ਯੋਗਦਾਨ ਰਿਹਾ? ਅਤੇ ਮੈਂ ਤਾਂ ਸਰਕਾਰ ਨੂੰ ਕਹਿੰਦੀ ਹਾਂ, ਇਹ ਦੇਖਣਾ ਸਰਕਾਰ ਦਾ ਕੰਮ ਹੈ ਕਿਹੜੇ ਕਿਹੜੇ ਲੀਡਰ ਹੈ। ਤਰ੍ਹਾਂ ਤਰ੍ਹਾਂ ਦੇ ਨਾਂ ਕਈ ਵਾਰੀ ਆਉਂਦੇ ਰਹਿੰਦੇ ਨੇ, ਲੇਕਿਨ ਕਿਸੇ ਦਾ ਨਾਂ ਲੈ ਦੇਣਾ ਇੱਕ ਦੂਸ਼ਣਬਾਜ਼ੀ ਕਹੀ ਜਾ ਸਕਦੀ ਹੈ। ਮੈਂ ਸਮਝਦੀ ਹਾਂ ਕਿ ਥਾਰੋਲੀ ਇਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ, ਬੜੇ ਜ਼ਿੰਮੇਵਾਰ ਦੇ ਨਾਲ ਇਨਕੁਆਇਰੀ ਹੋ ਕੇ ਉਹਦੇ ਵਿੱਚੋਂ ਕੇਸ ਦੇ ਵਿੱਚੋਂ ਨਿਕਲਣਾ ਚਾਹੀਦਾ, ਕੌਣ ਹੈ, ਉਹਨਾਂ ਦਾ ਸਖ਼ਤ ਐਕਸ਼ਨ ਹੋਣਾ ਚਾਹੀਦਾ। ਸੀਬੀ ਇਨਕੁਆਇਰੀ ਹੋਣੀ ਚਾਹੀਦੀ ਹੈ? ਪੱਕਾ, ਮੈਂ ਤਾਂ ਸੀ ਪਹਿਲੇ ਤੋਂ ਹੀ ਸਾਡੇ ਇਸਦੇ ਹੱਕ 'ਚ ਹੈਗੇ ਸੀ। ਕੈਪਟਨ ਅਮਰਿੰਦਰ ਸਿੰਘ ਕਹਿੰਦੇ ਨਹੀਂ ਹੋਣੀ ਚਾਹੀਦੀ, ਨਹੀਂ ਅੱਜ ਇਸ ਕਰਕੇ ਕਿ ਅਸੀਂ ਸਮਝਦੇ ਹਾਂ, ਅਸੀਂ ਕਹਿੰਦੇ CBI ਇਨਕੁਆਇਰੀ ਉਸ ਵਕਤ ਅਗਰ ਹੁੰਦੀ ਤਾਂ ਠੀਕ ਸੀਗੀ। ਅਮਰਿੰਦਰ ਸਿੰਘ ਦੀ ਓਪੀਨੀਅਨ ਹੋ ਸਕਦੀ ਹੋਣੀ ਚਾਹੀਦੀ। ਮੈਂ ਤਾਂ ਕਹਿੰਦੀ ਹਾਂ ਅੱਜ ਜੋ ਮੈਂ ਕਹਿੰਦੀ ਹਾਂ, ਅੱਜ CBI ਦੇ ਉੱਤੇ ਵੀ ਇਸ ਕਰਕੇ ਥੋੜ੍ਹਾ ਮੋਟਾ ਇਤਰਾਜ਼ ਆ ਕਿ ਕਈ ਵਾਰੀ ਕਹਿੰਦੇ ਆ ਜੀ ਇੱਧਰ ਜੀ ਉੱਧਰ, ਅਸੀਂ ਡਿਮਾਂਡ ਕਰਦੇ ਹਾਂ ਕੋਈ ਸਿਟਿੰਗ ਜੱਜ ਕਰੇ, ਕੋਈ ਵੀ ਸਿਟਿੰਗ ਜੱਜ ਕਰੇ। CBI ਦੀ ਵੀ ਸੀ ਮੰਗੀ ਸੀ ਇਨਕੁਆਇਰੀ, ਅਮਰਿੰਦਰ ਸਿੰਘ ਨੇ ਵੀ ਮੰਗੀ ਸੀ, ਸਰਕਾਰ ਤੁਹਾਡੀ ਸੀ, ਅਮਰਿੰਦਰ ਸਿੰਘ ਨੇ ਮੰਗੀ ਸੀ ਉਸ ਵਕਤ CBI ਦੀ ਇਨਕੁਆਇਰੀ। ਪਹਿਲੇ ਉਹਨਾਂ ਨੇ ਕਿਹਾ ਕਿ ਸਟੇਟ 'ਤੇ ਸਾਨੂੰ ਕੋਈ ਭਰੋਸਾ ਨਹੀਂ, ਬਹੁਤ ਪਹਿਲਾਂ ਕਿਹਾ, ਅਤੇ ਜਦੋਂ ਪ੍ਰਤਾਪ ਬਾਜਵਾਜੀ ਪ੍ਰਧਾਨ ਸੀ ਆਏ, ਜਦੋਂ ਕਥਿਤ ਨਾ ਆਏ, ਉਹ ਹੈਗੇ ਨੇ ਜਾਂ ਨਹੀਂ ਇੱਕ ਵੱਖਰੀ ਗੱਲ ਹੈ, ਜਦੋਂ ਕਥਿਤ ਲੀਡਰਾਂ ਦੇ ਨਾਂ ਆਏ ਜਿਸ ਤਰ੍ਹਾਂ ਵੀ, ਚਲੋ ਆਪੋ ਆਪਣੀ ਕਿਉਂਕਿ ਸਿਚੁਏਸ਼ਨ ਦੇ ਵਿੱਚ ਕਈ ਇਨਫੋਰਮੇਸ਼ਨਾਂ ਆਉਂਦੀਆਂ ਸਾਨੂੰ, ਕਿਸ ਵਕਤ ਸਾਨੂੰ ਇਨਫੋਰਮੇਸ਼ਨ ਆਉਂਦੀਆਂ ਕਿ ਇਹਦੇ ਵਿੱਚ ਫੇਅਰ ਨਹੀਂ ਹੋਣਾ, ਆਹ ਹੋਊਗਾ, ਕੋਈ ਆਈਡੀਆਸ ਆਉਂਦੇ ਸਾਨੂੰ, ਅੱਜ ਸਾਨੂੰ ਲੱਗਦਾ ਕਿ ਸਾਨੂੰ ਅੱਜ ਜੁਡੀਸ਼ਰੀ ਦੇ ਉੱਤੇ ਪੂਰਾ ਭਰੋਸਾ ਹੈ। ਅੱਜ ਅਸੀਂ ਬਿਲਕੁਲ ਸਮਝਦੇ ਹਾਂ ਕਿ ਜੁਡੀਸ਼ਰੀ ਦੇ ਵਿੱਚ ਸਿਟਿੰਗ ਜੱਜ ਦੀ ਇਨਕੁਆਇਰੀ ਹੋਵੇ। ਜੇ ਮੰਨ ਲਈਏ ਬੀਬੀ ਜੀ ਕਿ ਅਗਲੀ ਸਰਕਾਰ ਕਾਂਗਰਸ ਦੀ ਨਹੀਂ ਬਣਦੀ, ਮੰਨ ਲੈਂਦੇ ਹਾਂਗੇ ਕਿ ਮੰਨ ਲਓ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ, ਤਾਂ ਉਹਦੇ ਲਈ ਜ਼ਿੰਮੇਵਾਰ ਕੌਣ ਹੋਊਗਾ ਪੰਜਾਬ ਦੇ ਅੰਦਰ? ਕੀ ਇਹ ਸਰਕਾਰ ਨਾ ਬਣਨ 'ਚ ਕਿਹਦਾ ਯੋਗਦਾਨ? ਦੇਖੋ, ਪਹਿਲੀ ਗੱਲ ਤਾਂ ਮੈਂ ਇਸ ਉੱਤੇ ਸਹਿਮਤ ਨਹੀਂ ਕਿ ਸਰਕਾਰ ਬਣਦੀ ਅਤੇ ਆਮ ਆਦਮੀ ਪਾਰਟੀ। ਇੱਥੇ ਕੰਧ 'ਤੇ ਲਿਖਿਆ ਅਤੇ ਲਿਖ ਲਓ ਅੱਜ ਬੜੀ ਜ਼ਿੰਮੇਵਾਰ, ਮੇਰੇ ਵੀ 40 ਸਾਲ ਦਾ ਤਜਰਬਾ ਹੈਗਾ, ਵੱਜਦੇ ਵਾਜੇ ਬਹੁਤ ਅੱਛੀ ਮੈਜੋਰਟੀ ਲੈ ਕੇ ਕਾਂਗਰਸ ਪਾਰਟੀ ਸਰਕਾਰ ਆ ਰਹੀ ਹੈ। ਇਹ ਜਿਹੜੀਆਂ ਚੀਜ਼ਾਂ ਹੈਗੀਆਂ ਹਲਕੀਆਂ ਹੌਲੀਆਂ ਪ੍ਰਚਾਰ ਕਰਨੇ ਆ, ਇਹ ਥੋੜ੍ਹੀਆਂ ਮੋਟੀਆਂ ਵੋਟਾਂ ਤੋੜ ਲੋਕ ਹੁੰਦੇ ਹੈਗੇ ਆ, ਅੱਗੇ ਵੀ ਤੋੜਦੇ ਰਹੇ ਆ, ਅੱਗੇ ਵੀ ਸਾਰੇ ਕਹਿੰਦੇ ਸੀ PP ਦੀ ਸਰਕਾਰ ਆਊਗੀ। ਇਹ ਸਿਰਫ ਰੌਲਾ ਗੌਲਾ ਹੈਗਾ, ਇੱਥੇ ਜੇ ਵਾਲੀ ਗੱਲ ਹੀ ਨਹੀਂ ਹੈ, ਕਾਂਗਰਸ ਪਾਰਟੀ ਦੀ ਸਰਕਾਰ ਬਣਨੀ ਹੈ। ਇੱਕ ਤੁਸੀਂ ਪਿਛਲੇ ਦਿਨਾਂ ਦੇ ਅੰਦਰ ਸੰਗਤ ਦਰਸ਼ਨ ਦੀ ਥਾਂ ਇੱਕ ਨਵਾਂ ਦਰਸ਼ਨ ਸ਼ੁਰੂ ਕੀਤਾ, ਉਹਦੇ ਬਾਰੇ ਦੱਸੋ ਤੁਹਾਡਾ। ਮੈਂ ਇਹੀ ਕਹਿੰਦੀ ਹਾਂ ਕਿ ਇਹ ਵੋਟ ਦਰਸ਼ਨ ਬਾਦਲ ਸਾਹਿਬ ਕਰਦੇ ਸੀ, ਅਤੇ ਅਸੀਂ ਹੁਣ ਇਹਨੂੰ ਕਹਿੰਦੇ ਹਾਂ ਕਿ ਵੀ ਦੁਖੀ ਲੋਕਾਂ ਨੂੰ ਅਸੀਂ ਕਾਂਗਰਸ ਜਾ ਕੇ ਮਿਲਦੀ ਹੈ, ਅਸੀਂ ਦੁੱਖ ਦਰਸ਼ਨ ਕਰਦੇ ਹਾਂ, ਜਿਹੜੇ ਦੁਖੀ ਲੋਕ ਹੈ ਉਹਨਾਂ ਨੂੰ ਮਿਲਦੇ ਹਾਂ ਜਾ ਕੇ, ਅਸੀਂ ਸ਼ੁਰੂ ਕੀਤਾ ਹੋਇਆ ਕੰਮ, ਕੋਈ ਸੜਕਾਂ 'ਤੇ ਬੈਠਾ, ਮੈਂ ਪਟਿਆਲੇ ਵੀ ਜਾ ਕੇ ਆਈ ਹਾਂ, ਲਾਈਨਮੈਨ ਬੈਠੇ, ਮਰਦ ਵਰਤ 'ਤੇ ਬੈਠੇ, ਹੋਰ ਬੈਠੇ, ਸਾਰੇ ਵਰਗਾਂ ਦੇ ਲੋਕ ਬੈਠੇ ਨੇ, ਮਹਿਕਮਿਆਂ ਦੇ ਲੋਕ ਬੈਠੇ ਨੇ, ਪਿੰਡਾਂ ਦੇ ਕਿਸਾਨ ਜਿਹੜੇ ਖੁਦਕੁਸ਼ੀਆਂ ਕਰਦੇ ਉਹ ਕਰਦੇ ਆ, ਅਸੀਂ ਜਾ ਕੇ ਹਰ ਥਾਂ 'ਤੇ ਜਿੱਥੇ ਕੋਈ ਦੁਖੀ ਇਨਸਾਨ ਉਹ ਮਿਲਦੇ ਹਾਂ, ਦੁੱਖ ਦਰਸ਼ਨ ਕਰਨਾ, ਦੁਖੀ ਲੋਕਾਂ ਦੇ ਜਾ ਕੇ ਮਿਲ ਕੇ ਹਾਲ ਪੁੱਛਣਾ ਉਹਨਾਂ, ਜਿਵੇਂ ਅਸੀਂ ਗਏ ਉੱਥੇ ਫਰੀਦਕੋਟ ਦੇ ਵਿੱਚ ਜੋ ਕੁਛ ਵਾਪਰਿਆ ਸੀਗਾ, ਗਾੜੀ ਗਏ, ਹੋਰ ਗਏ, ਕਿੰਨੇ ਬੰਦੇ ਮਾਰੇ ਗਏ, ਸਾਰੀ ਸਾਡੇ ਰਾਹੁਲ ਗਾਂਧੀ ਜੀ ਵੀ ਗਏ, ਅਸੀਂ ਵੀ ਗਏ, ਸੋ ਉਹ ਅਸੀਂ ਕਰ ਰਹੇ ਹਾਂ। ਇਹ ਸਿਰਫ ਵੋਟ ਦਰਸ਼ਨ ਕਰ ਰਹੇ ਆ, ਜਾਂਦੇ ਆ, ਪੈਸੇ ਵੰਡੇ ਆਉਂਦੇ ਆ ਸਰਪੰਚਾਂ ਨੂੰ। ਆ ਹੁਣ ਮੇਰੇ ਸਾਹਮਣੇ ਮੈਨੂੰ ਇੱਥੋਂ ਦੇ ਮਿਲੇ ਜਿਹੜੇ ਆਪਣੇ ਪੰਜਾਬ ਭਰ ਦੇ ਡਿਪੂ ਹੋਲਡਰਸ ਨੇ, ਹੁਣ ਫਿਰ ਉਹ ਵੋਟ ਦਰਸ਼ਨ ਵਾਲੀ ਗੱਲ ਇਹਨਾਂ ਨੇ ਮੋਹਰ ਲਾਤੀ ਉਹਦੇ 'ਤੇ। ਅੱਗੇ ਕੀ ਹੁੰਦਾ ਸੀ ਕਿ ਜਿਹੜਾ ਸਾਡਾ ਅਸੈਸ ਕੀਤਾ ਗਿਆ ਕਿ 67% ਜਿਹੜੇ ਪੇਂਡੂ ਏਰੀਏ ਦੇ ਵਿੱਚ ਲੋਕ ਨੇ ਜਿਹੜੇ ਲੋੜਵੰਦ ਹੈ, ਜਿਨ੍ਹਾਂ ਨੂੰ ਆਟਾ ਦਾਲ ਸਕੀਮ ਦੇਣੀ ਚਾਹੀਦੀ ਹੈ, ਅਤੇ 50% ਸ਼ਹਿਰਾਂ ਵਿੱਚ ਨੇ। ਇਹ ਅਸੈਸ ਕਰਕੇ ਮਨਮੋਹਨ ਸਿੰਘ ਜੀ ਵੇਲੇ 2 ਰੁਪਏ ਕਿਲੋ ਆਟਾ ਸਾਡੀ ਸਰਕਾਰ ਵੇਲੇ ਸ਼ੁਰੂ ਕੀਤਾ ਸੀ ਅਸੀਂ, ਉਹਦੇ 'ਤੇ ਕਿਤੇ ਵੀ ਜ਼ਿਕਰ ਨਹੀਂ ਕਰਦੇ ਇਹ, ਕਿਤੇ ਫੋਟੋ ਨਹੀਂ, ਨਾ ਮਨਮੋਹਨ ਸਿੰਘ ਦੀ ਸੀ ਉਸ ਵਕਤ, ਨਾ ਅੱਜ ਕੋਈ ਹੈ, ਸਿਰਫ ਚੀਫ ਮਿਨਿਸਟਰ ਆਪਣਾ ਲਾਉਂਦੇ ਆ ਅਤੇ ਇੱਥੋਂ ਦਾ ਫੂਡ ਸਪਲਾਈ ਮਿਨਿਸਟਰ, ਜਾਂ ਜਦਕਿ ਸਟੇਟ ਦੀ ਸਕੀਮ ਨਹੀਂ, ਸੈਂਟਰ ਦੀ ਹੈ ਸਕੀਮ। ਔਰ ਵੰਡਣ ਵਾਲੇ ਪਾਸੇ ਵੀ ਅੱਗੇ ਡੀਪੂ ਹੋਲਡਰ ਬਣਦੇ ਸੀ ਜਾਂ ਨਾਲ ਪੰਚਾਇਤ ਬੈਠਦੀ ਸੀ,
ਹੁਣ ਇਹਨਾਂ ਨੇ ਵੱਖਰੀ ਗੱਲ ਕਰਤੀ, ਡੀਪੂ ਹੋਲਡਰਾਂ ਤੋਂ ਸਾਰਾ ਕੰਮ ਲੈ ਕੇ ਆਪਦੀਆਂ ਨੋਮੀਨੇਟਡ ਕਮੇਟੀਆਂ, ਆਪਦੇ ਅਕਾਲੀ ਦਲ ਦੇ ਮੈਂਬਰਾਂ ਦੀਆਂ, ਆਪਦੀਆਂ ਪਾਰਟੀਆਂ ਦੇ ਮੈਂਬਰਾਂ ਦੀ ਕਮੇਟੀਆਂ ਬਣਾਤੀਆਂ ਕਿ ਇਹ ਵੰਡਣਗੇ। ਔਰ ਕਾਰਡ ਵੀ ਜਿਹੜੇ ਕੋਈ ਹਲਕਾ ਇੰਚਾਰਜ ਜਾਂ ਕੁਛ ਹੋਰ ਆ, ਉਹਨਾਂ ਦੇ ਘਰੋਂ ਲਿਸਟਾਂ ਆਉਂਦੀਆਂ ਕਿ ਇਹਨਾਂ ਦੇ ਨੀਲੇ ਕਾਰਡ ਬਣਾਓ। ਉਹਦੇ ਵਿੱਚ ਨੌਨ ਅਕਾਲੀ ਦਲ ਜਾਂ ਨੌਨ BJP ਨੂੰ ਸਭ ਛੱਡਿਆ ਗਿਆ। ਇਹਦਾ ਮਤਲਬ ਇਹ ਹੈਗਾ ਕਿ ਸਾਰਾ ਇਹ ਮਿਸਯੂਟੀਲਾਈਜੇਸ਼ਨ ਕਰਕੇ, ਸਿਆਸੀਕਰਨ ਕਰਕੇ, ਸਿਆਸੀ ਲਾਹਾ ਲੈਣ ਵਾਸਤੇ, ਰੋਟੀਆਂ ਸਿਆਸੀ ਸੇਕਣ ਵਾਸਤੇ ਮੈਲ ਪ੍ਰੈਕਟਿਸਿਸ ਦੀ ਸ਼ੁਰੂਆਤ ਕੀਤੀ ਇਹਨਾਂ ਨੇ। ਜਦਕਿ ਕਦੇ ਹੋਇਆ ਹੀ ਨਹੀਂ ਕਿ ਡੀਪੂ ਹੋਲਡਰਾਂ ਤੋਂ ਬਾਹਰ ਮੰਗਵਾਈ ਜਾਵੇ, ਅੱਜ ਕਰ ਰਹੇ ਨੇ। ਸਾਡਾ ਇਸ 'ਤੇ ਬੜਾ ਇਤਰਾਜ਼ ਹੈ, ਚਾਹੁੰਦੇ ਹਾਂ ਸਰਕਾਰ ਇਸ ਨੂੰ ਵਾਪਸ ਲਵੇ। ਆਮ ਆਦਮੀ ਪਾਰਟੀ ਇੱਕ ਹੋਰ ਐਲੀਗੇਸ਼ਨ ਲਿਆਉਂਦੀ ਹੈ, ਤੁਸੀਂ ਦੁੱਖ ਦਰਸ਼ਨ ਕਰਦੇ ਹੋ ਕਿ ਕਾਂਗਰਸ ਦੀ ਬਹੁਤ ਲੰਬਾ ਸਮਾਂ ਸਰਕਾਰ ਰਹੀ ਹੈ ਪੰਜਾਬ ਦੇ ਅੰਦਰ, ਵੱਡਾ ਸਮਾਂ ਰਾਜ ਕੀਤਾ ਕਾਂਗਰਸ ਨੇ ਪ੍ਰਤਾਪ ਸਿੰਘ ਕੈਰੋਂ ਦੇ ਟਾਈਮ ਤੋਂ, ਕਿ ਪੰਜਾਬ ਨੂੰ ਦੁਖੀ ਕਰਨ ਜਾਂ ਪੰਜਾਬ ਦੀ ਇਕਨੋਮਿਕ ਸੋਸ਼ਲ ਅਗਰੇਰੀਅਨ ਕ੍ਰਾਈਸਿਸ ਦੇ ਲਈ ਕਾਂਗਰਸ ਵੀ ਜ਼ਿੰਮੇਵਾਰ? ਦੇਖੋ, ਕਈ ਸਿਚੁਏਸ਼ਨਾਂ ਬਣਦੀਆਂ ਰਹਿੰਦੀਆਂ, ਆਉਂਦੀਆਂ ਰਹਿੰਦੀਆਂ, ਜਾਂਦੀਆਂ ਰਹਿੰਦੀਆਂ, ਲੇਕਿਨ ਕਾਂਗਰਸ ਦੇ ਸ਼ਾਸਨ ਵਿੱਚ ਕਿਸੇ ਨੂੰ ਨਹੀਂ ਭੁੱਲਣਾ ਚਾਹੀਦਾ ਜੋ ਪੰਜਾਬ ਦੀ ਰੂਪ ਰੇਖਾ ਬਦਲੀ ਹੈ, ਵਧੀਆ ਬਣੀ ਹੈ, ਉਹ ਕਾਂਗਰਸ ਦੇ ਸ਼ਾਸਨ ਲੰਬੇ ਸਮੇਂ 'ਚ ਰਹੀ ਹੈ। ਭਾਖੜਾ ਡੈਮ ਆਇਆ, ਕਾਂਗਰਸ ਦੇ ਸਮੇਂ 'ਚ ਆਇਆ। ਸਾਡੀ ਐਗਰੀਕਲਚਰ ਯੂਨੀਵਰਸਿਟੀ ਆਈ, ਕਾਂਗਰਸ ਦੇ ਸਮੇਂ ਦੇ ਵਿੱਚ ਆਈ। ਸ਼ਾਹਪੁਰ ਕੰਢੀ ਦਾ ਆਇਆ ਤਾਂ ਕਾਂਗਰਸ ਦੇ ਸਮੇਂ 'ਚ ਆਇਆ। ਆਹ ਪੰਜਾਬ ਦੀ ਵਿਧਾਨ ਸਭਾ ਦਾ ਬਣਾਇਆ ਤਾਂ ਸਾਡੀ ਕਾਂਗਰਸ ਸਮੇਂ 'ਚ ਆਇਆ। ਪਾਵਰ, ਸਾਰੇ ਪਿੰਡਾਂ ਵਿੱਚ ਪੂਰੀ ਬਿਜਲੀ ਦੇਣੀ, ਮੈਨੂੰ ਯਾਦ ਹੈ ਨਰਜਨ ਸਿੰਘ ਤਾਲਬ ਉਦੋਂ ਸੀਗੇ ਤਾਂ ਉਹ ਕਾਂਗਰਸ ਸਮੇਂ 'ਚ ਆਇਆ। ਸੜਕਾਂ ਨਾਲ ਜੋੜਨਾ ਕਾਂਗਰਸ ਦੇ ਸਮੇਂ 'ਚ ਆਇਆ। ਸੋ ਇਹ ਮੈਜੋਰਟੀ ਚੀਜ਼ਾਂ ਜਿਹੜੀਆਂ ਹੈਗੀਆਂ, ਥਰਮਲ ਸਾਡੇ ਸਮੇਂ ਸ਼ੁਰੂ ਕੀਤੇ ਗਏ, ਇਹਨਾਂ ਸਮੇਂ ਹੁਣ ਬੰਦ ਹੋਏ, ਸਾਡੇ ਸਮੇਂ ਚੱਲੇ ਬਿਜਲੀ ਵਾਲੇ, ਪਾਵਰ ਵਾਲੇ। ਕਾਂਗਰਸ ਦੇ ਸਮੇਂ ਵਿੱਚ ਹੀ ਵਿਕਾਸ ਹੋਇਆ, ਕਿਸਾਨਾਂ ਦਾ ਭਲਾ ਹੋਇਆ ਤਾਂ ਕਾਂਗਰਸ ਸਮੇਂ 'ਚ ਹੀ ਹੋਇਆ। 100 ਕਰੋੜ ਪਿੱਛੇ ਦਿੱਤਾ ਮਨਮੋਹਨ ਸਿੰਘ ਜੀ ਨੇ, ਸਾਇੰਸ ਸਿਟੀ ਬਣਾਈ, ਕਾਂਗਰਸ ਦੇ ਸਮੇਂ 'ਚ ਹੋਇਆ। ਔਰ ਕਾਂਗਰਸ ਦੇ ਸਮੇਂ 'ਚ ਹੀ ਅਸੀਂ ਜਿਵੇਂ ਸਮਝਦੇ ਹਾਂ ਕਿ ਇੱਕ ਬੇਦਾਗ ਇਨਸਾਨ ਜਿਹੜਾ ਹੈਗਾ ਉਹਨੂੰ ਮੌਕਾ ਦਿੱਤਾ ਗਿਆ, ਆਪਣੀ ਕੁਰਸੀ ਛੱਡ ਕੇ ਸੋਨੀਆ ਜੀ ਨੇ ਮਨਮੋਹਨ ਸਿੰਘ ਜੀ ਨੂੰ ਬਣਾਇਆ। ਇਹਨਾਂ ਦੇ ਸਮੇਂ ਵਿੱਚ ਜਿਹੜੇ ਹੈਗੇ ਸਾਡੀ ਵਿਰੋਧੀ ਪਾਰਟੀਆਂ, ਇਹਨਾਂ ਨੂੰ ਕਹਿ ਸਕਦੇ ਪੰਜਾਬ ਦਾ ਨਾਸ਼ ਕੀਤਾ। ਜਿਵੇਂ ਪੰਜਾਬੀ ਸੂਬੇ ਦਾ ਮੋਰਚਾ ਲਾ ਕੇ, ਇੱਕ ਪਹਿਲਾ ਐਸਾ ਮੋਰਚਾ ਲੱਗਿਆ ਹੋਣਾ ਜਿਹਦੇ ਵਿੱਚ ਵੱਡਾ ਕਰਨ ਦੀ ਬਜਾਏ ਪੰਜਾਬ ਨੂੰ 3 ਟੁਕੜਿਆਂ 'ਚ ਵੰਡ ਕੇ ਛੋਟਾ ਪੰਜਾਬੀ ਸੂਬੀ ਬਣਾ ਕੇ ਰੱਖਤੀ ਹੈ। ਇਹਨਾਂ ਨੇ ਕੁਰਸੀ ਦੇ ਤਾਂ ਐਂਗਲ ਤੋਂ ਸੋਚਿਆ ਕਿ ਅਸੀਂ ਇਕੱਲੇ ਇਕੱਲੇ ਰਹਿ ਜੀ ਆ ਕੇ। ਇਹਨਾਂ ਦੇ ਸਮੇਂ 'ਚ ਇੰਨੀਆਂ ਜ਼ਿਆਦਾ ਖੁਦਕੁਸ਼ੀਆਂ, ਸਾਡੇ ਸਮੇਂ 'ਚ ਇੰਨੀਆਂ ਖੁਦਕੁਸ਼ੀਆਂ ਨਹੀਂ ਸੀ, ਇਹਨਾਂ ਦੇ ਸਮੇਂ 'ਚ ਇੰਨੀਆਂ ਖੁਦਕੁਸ਼ੀਆਂ ਹੋਈਆਂ। ਇਹਨਾਂ ਦੇ ਸਮੇਂ 'ਚ ਤਰ੍ਹਾਂ ਤਰ੍ਹਾਂ ਦੇ ਨਸ਼ੇ ਆਏ ਨੇ, ਦੇਖੋ ਅਸੀਂ ਕਦੇ ਇੰਟਰਫੀਅਰ ਨਹੀਂ ਕੀਤਾ ਧਾਰਮਿਕ ਮਾਮਲਿਆਂ ਵਿੱਚ, ਸਤਿਕਾਰ ਕੀਤਾ। ਉਹ ਤਾਂ ਸ਼ਰਧਾ ਸਾਡੀ, ਅਸੀਂ ਸ਼ਰਧਾ ਅੱਜ ਵੀ ਕਰਦੇ ਹਾਂ। ਸਾਡੇ ਆਪਣੇ ਚੀਫ ਮਿਨਿਸਟਰਾਂ ਨੇ ਜਿੰਨੇ ਸਾਡੀ ਸ਼ਰਧਾ ਦੇ ਮੁਤਾਬਕ ਜਿੰਨੇ ਜ਼ਿਲ੍ਹੇ ਬਣੇ, ਜਿੰਨੀਆਂ ਥਾਵਾਂ ਸਬ ਡਿਵੀਜ਼ਨਾਂ ਬਣਾਈਆਂ, ਉਸ ਧਰਮ ਦਾ ਜਿਹੜਾ ਸਰਵਉੱਚਤਮ ਹੈ ਸਨਮਾਨ ਕਰਦੇ ਹੋਏ ਉਹਨਾਂ ਦੇ ਨਾਂ 'ਤੇ ਗੁਰੂ ਗੋਬਿੰਦ ਸਿੰਘ ਮਾਰਗ ਵੀ ਅਸੀਂ ਰੱਖੇ। ਲੇਕਿਨ ਅਸੀਂ ਇਹ ਸਿਆਸੀਕਰਨ ਕਰਦੇ ਹਾਂ, ਇਹਨਾਂ ਨੇ ਧਰਮ ਦਾ ਸਿਆਸੀਕਰਨ ਕਰਕੇ ਲਾਹਾ ਲਿਆ ਸਿਆਸੀ, ਅਸੀਂ ਸਤਿਕਾਰ ਕੀਤਾ। ਸੋ ਉਹ ਗੁਟਕਾ ਤਾਂ ਅਸੀਂ ਰੋਜ਼ ਸੁਬਹਾ ਸ਼ਾਮ ਪੜ੍ਹਦੇ ਹਾਂ, ਔਰ ਸੱਚਮੁੱਚ ਸਾਡੀ ਆਸਥਾ ਇੰਨੀ ਹੈ ਕਿ ਸਮਝਦੇ ਹਾਂ ਕਿ ਜਿਹੜੀ ਗੱਲ ਕਹਿ ਰਹੇ ਹਾਂ ਸਹੀ ਕਹਿ ਰਹੇ ਹਾਂ, ਅਸੀਂ ਗੁਟਕੇ 'ਚ ਨਾ ਕਹਿ ਰਹੇ ਹਾਂ, ਸਾਡੀ ਆਸਥਾ ਹੈਗੀ। ਲੇਕਿਨ ਇਹਨਾਂ ਨੇ ਜਿਹੜੇ ਉਹ ਗੁਟਕੇ ਦੇ ਗੁਰੂ ਗ੍ਰੰਥ ਸਾਹਿਬ ਦੇ ਕਿਸ ਤਰੀਕੇ ਨਾਲ ਪੰਨੇ ਖਿਲਰੇ ਪਏ ਆ, ਅਤੇ ਅੱਜ ਤੱਕ ਇੱਕ ਬੰਦਾ ਵੀ ਨਹੀਂ ਫੜ ਸਕੇ ਉਸ ਤਰ੍ਹਾਂ। ਮਨਿੰਦਰ ਸਿੰਘ ਵਾਰ ਵਾਰ ਬਰਗਾੜੀ ਅਤੇ ਬਹਿਬਲ ਕਲਾਕਾਰ ਨੂੰ ਉਠਾ ਰਹੇ ਨੇ, ਤੁਹਾਨੂੰ ਲੱਗਦਾ ਨਹੀਂ ਗਾ ਕਿ ਪੰਥਕ ਪੋਲੀਟਿਕਸ ਆ ਜੀ? ਨਹੀਂ, ਇਹ ਇੱਕ ਮੁੱਦਾ ਹੋਇਆ, ਐਵੇਂ ਨਹੀਂ ਉਠਾ ਰਹੇ ਮੁੱਦਾ, ਇੱਕ ਵਾਪਰੀ ਆ ਘਟਨਾ ਜਿਹਦਾ ਅਜੇ ਤੱਕ ਕੁਛ ਕੀਤਾ ਨਹੀਂ ਜਾ ਸਕਿਆ, ਦੁਖਦਾਇਕ ਹੈ। ਲੇਕਿਨ ਦੂਜੇ ਪਾਸੇ ਜਿਹੜਾ ਹੈਗਾ ਦਖਲ ਇਹ ਸਾਨੂੰ ਕਹਿੰਦੇ ਸੀ ਧਰਮ 'ਚ ਦਖਲ ਦਿੰਦੇ ਹੋ, ਦਖਲ ਅੱਜ ਅਕਾਲੀ ਦਲ ਪਾਰਟੀ ਦੇ ਰਹੀ ਹੈ। ਅੱਜ ਤੁਹਾਡੇ ਸਾਹਮਣੇ ਕਿਵੇਂ ਤਖਤਾਂ ਦੇ ਡਬਲ ਜਥੇਦਾਰ ਬਣੇ ਹੋਏ ਨੇ, ਇੱਕ ਬੈਠੇ ਆ ਕੁਰਸੀਆਂ 'ਤੇ ਸੰਘਰਸ਼ਣ 'ਤੇ, ਦੂਜੇ ਬੈਠਣ ਲਈ ਤਿਆਰ ਬੈਠੇ ਨੇ, ਕਿਵੇਂ 5 ਪਿਆਰੇ 'ਤੇ SGPC ਆਪਣੇ ਸਾਹਮਣੇ ਖੜ੍ਹੇ ਹੋਏ ਨੇ। ਅੱਜ ਪੂਰੀ ਤਰ੍ਹਾਂ ਨਾਲ ਜੇ ਸਿਆਸੀਕਰਨ ਕੀਤਾ ਹੈ, ਧੜਿਆਂ 'ਚ ਵੰਡੇ ਗਏ ਹੈ, ਵੱਖੋ ਵੱਖਰੇ ਗਰੁੱਪ ਬਣਾਤੇ ਹੈ, ਡੇਰਿਆਂ ਦੇ ਨਾਲ ਰੌਲੇ ਪੈ ਗਏ ਆ, ਇਹ ਸਾਰਾ ਜਿਹੜਾ ਧਾਰਮਿਕ ਮਾਮਲੇ ਅਕਾਲੀ ਦਲ ਦੇ ਸਮੇਂ 'ਚ ਹੋਇਆ। ਕਾਂਗਰਸ ਨੇ ਸਤਿਕਾਰ ਕੀਤਾ ਅਤੇ ਉਹਨਾਂ ਨੂੰ ਯਾਦ ਰੱਖਦੇ ਹੋਏ, ਆਸਥਾ ਰੱਖਦੇ ਹੋਏ ਉਹਨਾਂ ਦੇ ਨਾਮ ਦੇ ਉੱਤੇ ਕੁਛ ਨਾ ਕੁਛ ਚੀਜ਼ਾਂ ਨਿਸ਼ਾਨੀਆਂ ਰੱਖੀਆਂ। ਸਿੱਖ ਧਰਮ ਬਾਰੇ 2 ਗੱਲਾਂ ਕਹੀਆਂ ਜਾਂਦੀਆਂ ਨੇ ਜਦੋਂ ਪੋਲੀਟੀਕਲ ਮਸਲਾ ਆਉਂਦਾ, ਕਿ ਨੁਕਸਾਨ ਇਹਦਾ ਸਭ ਤੋਂ ਵੱਧ ਕਾਂਗਰਸ ਪਾਰਟੀ ਨੇ ਕੀਤਾ, ਕਿਉਂਕਿ 84 ਦੇ ਟਾਈਮ ਜੋ ਹੋਇਆ, ਤੁਹਾਨੂੰ ਕੀ ਲੱਗਦਾ ਸਿੱਖ ਧਰਮ ਦਾ ਸਭ ਤੋਂ ਵੱਧ ਨੁਕਸਾਨ ਕਿਹੜੀ ਪਾਰਟੀ? ਦੇਖੋ, ਇਹ ਐਵੇਂ ਜੋ ਮਰਜ਼ੀ ਗੱਲਾਂ ਬਣਾਈ ਜਾਣ,
ਇੱਕ ਇੰਸੀਡੈਂਟ ਜਿਹੜਾ ਵਾਪਰਿਆ ਸੀ ਉਹ ਦੁਖਦਾਇਕ ਹੈ ਸਾਰਿਆਂ ਨੇ ਸੀ, ਮਾੜਾ ਕਿਹਾ, ਬਹੁਤ ਮਾੜਾ, ਕਿਤੇ ਵੀ ਹੋਵੇ ਕੋਈ ਵੀ ਆ ਵੱਡੇ ਤੋਂ ਵੱਡੇ ਵਾਪਰਦੇ ਆ, ਗੁਜਰਾਤ ਵਿੱਚ ਹੋਇਆ, ਹੋਰਾਂ ਵਿੱਚ ਹੋਇਆ, ਕਾਨਪੁਰ 'ਚ ਹੋਇਆ, ਸਾਰਿਆਂ ਥਾਵਾਂ 'ਤੇ ਹੁੰਦਾ, ਪੰਜਾਬ 'ਚ ਹੋਇਆ, ਮਾਰੇ ਗਏ ਨੇ, ਜੰਮੂ ਕਸ਼ਮੀਰ 'ਚ ਹੋ ਰਿਹਾ ਸੀ, ਮਾੜਾ ਕਹਿੰਦੇ ਹਾਂ। ਕਾਂਗਰਸ ਦੇ ਸਮੇਂ 'ਚ ਸਭ ਤੋਂ ਵੱਧ ਇਨਕੁਆਇਰੀਆਂ ਦੇ ਕੇ ਸਭ ਤੋਂ ਵੱਧ ਗਿਲਤੀਆਂ ਨੂੰ ਲੋਕਾਂ ਨੂੰ ਸਜ਼ਾ ਦਿੱਤੀ ਗਈ ਹੈ। ਬੀਜੇਪੀ ਦੇ ਸਮੇਂ 'ਚ ਤਾਂ ਉੱਥੇ ਖੜਾ ਰਿਹਾ ਕੰਮ, ਹਿੱਲਿਆ ਹੀ ਨਹੀਂ। ਔਰ ਸਾਡੇ ਸਮੇਂ ਵਿੱਚ ਜਿਵੇਂ ਸਮਝਦੇ ਹਾਂ ਕਿ ਅਸੀਂ ਇੱਕ ਸਿੱਖ ਪ੍ਰਾਈਮ ਮਿਨਿਸਟਰ ਬਣੇ ਹਾਂ, ਸਾਡੇ ਸਮੇਂ 'ਚ ਜਨਰਲ ਸਿੱਖ ਬਣੇ ਜਿਹੜੇ ਆਪਣੇ ਫੌਜਾਂ ਦੇ ਜਨਰਲ ਬਣੇ ਆ, ਸਾਡੇ ਸਮੇਂ 'ਚ ਸਿੱਖ ਇਕਨੋਮਿਸਟ ਜਿਹੜਾ ਸੀਗਾ ਉਹ ਧਰਮ ਦਾ ਫਾਇਦਾ ਕਿਹੜੀ ਬਣਾਇਆ ਗਿਆ, ਨੁਕਸਾਨ, ਸਾਡੇ ਸਮੇਂ 'ਚ ਸਿੱਖ ਜਿਹੜਾ ਰਾਸ਼ਟਰਪਤੀ ਬਣਿਆ, ਅਤੇ ਇਸ ਲਈ ਸਾਡੇ ਸਮੇਂ ਦੇ ਵਿੱਚ ਸਿੱਖਾਂ ਦਾ ਮਾਣ ਅਤੇ ਸਨਮਾਨ ਹੋਇਆ, ਵੱਡੀਆਂ ਕੁਰਸੀਆਂ 'ਤੇ ਬੈਠੇ ਹੈ ਸਾਰੇ, ਸਾਨੂੰ ਸਨਮਾਨ ਕਰਨ ਦੇ ਵਿੱਚ ਸਾਨੂੰ ਖੁਸ਼ੀ ਮਹਿਸੂਸ ਹੋਈ ਹੈਗੀ ਹੈ। ਲੇਕਿਨ ਇਹ ਜਿਹੜੀਆਂ ਪਾਰਟੀਆਂ ਹੈ ਇਹਨਾਂ ਨੂੰ ਅਸੀਂ ਵਾਰ 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 ਪੁੱਛਦੇ ਹਾਂ, ਇਹ ਪੱਗ ਦੀ ਗੱਲ ਕਰਦੇ ਸੀ ਕਿ ਫਰਾਂਸ ਦੇ ਵਿੱਚ ਪੱਗ ਰੋਲੀ ਗਈ ਹੈ, ਇਹਨਾਂ ਨੂੰ ਅੱਜ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਹੁਣ ਪਿਛਲੀ ਪਰੇਡ ਹੋਈ ਹੈ 26 ਜਨਵਰੀ ਨੂੰ, ਕਿੱਡੀ ਵੱਡੀ ਦੁਖਦਾਇਕ ਗੱਲ ਹੈ ਕਿ ਇਸ ਤਾਂ ਫਰਾਂਸ ਦੇ ਪ੍ਰਾਈਮ ਮਿਨਿਸਟਰ ਦੇ ਵੱਲ ਉਂਗਲ ਕਰਦੇ ਆ ਕਿ ਸਾਡੇ ਨਾਲ ਜ਼ਿਆਦਤੀ ਕਰ ਰਿਹਾ, ਇਨਸਾਫ਼ ਨਹੀਂ ਕਰ ਰਿਹਾ। ਕੀ ਇਹ ਬੇਇਨਸਾਫ਼ੀ ਨਹੀਂ ਕਿ ਸਾਡਾ ਸਿੱਖ ਜਿਹੜਾ ਆਰਮੀ ਦੀ ਟੁਕੜੀ ਸੀ ਉਹਨੂੰ ਉੱਥੇ ਨਾ ਦਿਖਾਇਆ ਜਾਣਾ ਜਿਹੜਾ ਪਹਿਲੀ ਵਾਰ ਹੋਇਆ? ਇਹ ਸਿੱਖਾਂ ਦਾ ਮਾਣ ਹੈ? ਇਹ ਅਪਮਾਨ ਨਹੀਂ ਹੈ? ਇਹ ਅਕਾਲੀ ਦਲ ਚੁੱਪ ਕਿਉਂ ਹੈ? ਇਹ ਕਿਉਂ ਨਹੀਂ ਪੁੱਛਦੇ? ਔਰ ਮੋਦੀ ਸਾਹਿਬ ਨੂੰ ਕਿਉਂ ਨਹੀਂ ਪੁੱਛਦੇ ਕਿ ਪਹਿਲੀ ਵਾਰ ਤੁਸੀਂ ਕਿਉਂ ਸਿੱਖਾਂ ਦੇ ਮਗਰ ਪਏ ਹੋ? ਪੰਜਾਬ ਦਾ ਜੇ ਕੋਈ ਜਾ ਕੇ ਕਿਸਾਨ ਉੱਥੇ ਵੱਗ ਗਿਆ ਗੁਜਰਾਤ, ਉਹਦੇ ਕੇਸ ਕੋਰਟਾਂ 'ਚ ਹੈ, ਔਰ ਪੰਜਾਬ ਦੀ ਝਾਕੀ ਨਹੀਂ, ਸਿੱਖਾਂ ਦੀ ਉੱਥੇ ਝਾਕੀ ਦਿੱਤੀ ਗਈ। ਐਡੋ ਵੱਡਾ ਅਪਮਾਨ ਹੋ ਕੀ ਸਕਦਾ ਹੈ? ਜਿਹੜੇ ਸਾਡੇ ਸਿੱਖ ਫਰਾਂਸ ਦੀਆਂ ਜੰਗਾਂ 'ਚ ਜਾ ਕੇ ਲੜੇ, ਬਾਰਡਰ 'ਤੇ ਲੜੇ, ਦੇਸ਼ ਆਜ਼ਾਦ ਕਰਾਇਆ, ਪਹਿਲੇ ਦਰਜੇ ਦੇ ਉੱਤੇ ਕਿੰਨੇ ਕਿੰਨੇ ਘੁੱਲੂਘਾਰਾ ਜੇ ਬਹੁਤ ਸਾਰੇ ਥਾਵਾਂ 'ਤੇ, ਅੱਜ ਉਹ ਸਿੱਖਾਂ ਦਾ ਨਿਸ਼ਾਨ, ਅਸੀਂ ਉੱਥੋਂ ਪੱਗ ਦਾ ਨਿਸ਼ਾਨ ਕੀ ਲਵਾਂਗੇ? ਸਾਡਾ ਤਾਂ ਨਿਸ਼ਾਨ ਪੰਜਾਬ ਹਿੰਦੁਸਤਾਨ 'ਚ ਮਿਟਾਤਾ ਇਹਨਾਂ ਨੇ। ਸੋ ਸਭ ਤੋਂ ਵੱਡਾ ਨੁਕਸਾਨ ਬੀਜੇਪੀ ਅਤੇ ਅਕਾਲੀ ਦਲ ਦੇ ਸਮੇਂ ਸਿੱਖਾਂ ਦਾ ਹੋਇਆ, ਕਾਂਗਰਸ ਦੇ ਸਮੇਂ 'ਚ ਸਨਮਾਨ ਹੋਇਆ ਅਤੇ ਸ਼ਰਧਾ ਹੋਇਆ। ਸੋ ਇਹ ਸਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਬੀਬੀ ਰਜਿੰਦਰ ਕੌਰ ਭੱਠਲ, ਜਿਨ੍ਹਾਂ ਦਾ ਕਹਿਣਾ ਕਿ ਆਮ ਆਦਮੀ ਪਾਰਟੀ ਕਾਂਗਰਸ ਲਈ ਕੋਈ ਚੈਲੰਜ ਨਹੀਂ ਹੈ। ਗਾਜੇ ਬਾਜੇ ਦੇ ਨਾਲ 2017 'ਚ ਕਾਂਗਰਸ ਪਾਰਟੀ ਦੀ ਸਰਕਾਰ ਬਣ ਰਹੀ ਹੈ, ਹਾਲਾਂਕਿ 1 ਸਾਲ ਦਾ ਵਕਫਾ ਪਿਆ। ਇਸ 1 ਸਾਲ ਦੇ ਵਕਫੇ ਦੇ ਅੰਦਰ ਪੰਜਾਬ ਦੀ ਰਾਜਨੀਤੀ ਕਿਸ ਤਰ੍ਹਾਂ ਦੀ ਕਰਵਟ ਲੈਂਦੀ ਹੈ ਉਸੇ ਨੇ ਤੈਅ ਕਰਨਾ ਕਿ ਕਿਹਦੀ ਸਰਕਾਰ ਬਣੇਗੀ। ਪਰ ਰਜਿੰਦਰ ਕੌਰ ਭੱਠਲ ਦਾ ਦਾਅਵਾ ਕਿ ਅਗਲੀ ਸਰਕਾਰ ਕਾਂਗਰਸ ਪਾਰਟੀ ਦੀ ਬਣ ਰਹੀ ਹੈ। ਕੈਮਰਾਮੈਨ ਗੁਲਸ਼ਨ ਦੇ ਨਾਲ ਯਾਦਵਿੰਦਰ ਸਿੰਘ, ABP ਨਿਊਜ਼, ਚੰਡੀਗੜ੍ਹ। ਪੰਜਾਬ ਅਤੇ ਪੰਜਾਬੀਆਂ ਨਾਲ ਜੁੜੀ ਹਰ ਖਬਰ ਦੇਖਣ ਲਈ ਯੂਟਿਊਬ 'ਤੇ ਕਲਿੱਕ ਕਰੋ ABP ਸਾਂਝਾ।